ਕੀ ਵੜਿੰਗ ਪਰਿਵਾਰ ਦੇ ਵਿੱਚੋਂ ਚੋਣ ਲੜੀ ਜਾਊਗੀ ਉੱਥੇ? ਮੈਂ ਨਾ ਜਿਹੜੇ ਰੋਚਕ ਮੁਕਾਬਲੇ ਹੁੰਦੇ ਆ ਸੁਰਖਾਬ, ਉਹ ਮੈਂ ਜ਼ਰੂਰ ਖੇਡਦਾ। ਐਂ ਪੂਰੇ ਜਿੱਥੇ ਸਿੰਘ ਫਸਣ ਉੱਥੇ ਮਾਰਨਾ ਹੁੰਦਾ ਕਿ ਰੋਚਕ ਜਿਹੜਾ ਹੈ ਮੁਕਾਬਲਾ ਗਿੱਦੜਬਾਜ਼ 'ਚ ਬਣ ਸਕਦਾ ਹੈ। ਵੈਰੀ ਇੰਟਰਸਟਿੰਗ। 2020 ਖੇਡਣ ਦਾ ਮਾਰ ਰਹੇ ਹਾਂ। ਡਿੰਪੀ ਢਿੱਲੋਂ ਦਾ ਜਾਣਾ, ਤੁਹਾਡੇ ਬਹੁਤ ਵੱਡੇ ਤਕੜੇ ਵਿਰੋਧੀ ਸੀ ਉਹ। ਮੇਰੇ ਵਾਸਤੇ ਤਾਂ ਕੋਈ ਨਵੀਂ ਚੀਜ਼ ਨਹੀਂ ਹੋਈ। ਚਲੋ ਨਵੀਂ ਗੱਲ ਇੱਕ ਜੁੜ ਕੇ ਰਾਜਾ ਵੜਿੰਗ ਦੇ ਨਾਂ ਨਾਲ ਆ ਰਹੀ ਹੈ ਕਿ ਰਾਜਾ ਵੜਿੰਗ ਆਪ ਤਾਂ ਲੁਧਿਆਣੇ ਚਲੇ ਗਏ, ਹੁਣ ਬਾਕੀ ਜਿਹੜਾ ਪਰਿਵਾਰ ਹੈ ਜਾਂ ਪਤਨੀ ਹੈ ਉਹਨਾਂ ਨੂੰ ਮੁਕਤਸਰ ਸ਼ਿਫਟ ਕਰ ਰਹੇ ਨੇ, ਕਿ 27 ਦੀ ਤਿਆਰੀ ਹੁਣ ਮੁਕਤਸਰ ਤੋਂ ਹੋਵੇਗੀ? ਮੈਂ ਪੂਰੇ ਦਾ ਪੂਰਾ ਸੈਟਿਸਫਾਈਡ ਹਾਂ। ਇਦੋਂ ਬਾਅਦ ਮੇਰੀ ਮੰਗ ਕੋਈ ਨਹੀਂ, ਕੋਈ ਚੀਜ਼ ਕੋਈ ਦੇਵਣਗੇ ਰਾਹੁਲ ਗਾਂਧੀ, ਨਾ ਮੈਂ ਕਰਨੀ। ਅੰਮ੍ਰਿਤਸਰ ਤੁਹਾਡਾ ਗੜ੍ਹ ਗਿੱਦੜਬਾਹਾ, ਪਿਛਲੀ ਵਾਰੀ 22 ਦਾ ਮਾਰਜਨ ਦੇਖੀਏ 1349 ਵੋਟਾਂ ਦਾ ਮਾਰਜਨ ਰਿਹਾ, ਪਰ ਐਤਕੀ ਸੱਤਾਧਾਰੀ ਧਿਰ ਦੇ ਵਿੱਚ ਡਿੰਪੀ ਢਿੱਲੋਂ ਦਾ ਚਲੇ ਜਾਣਾ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਲਈ, ਕਿਉਂਕਿ ਤੁਹਾਡਾ ਤਾਂ ਗੜ੍ਹ ਹੈ ਨਾ ਉੱਥੋਂ? ਕਿਲਾ ਹੈ ਇਹ, ਮੁਕਤਸਰ ਕਿਲਾ ਹੈ ਅਕਾਲੀ ਦਲ। ਹੁਣ ਕਿਲੇ ਦੇ ਵਿੱਚ ਸੰਨ ਲੱਗ ਗਿਆ, ਅੰਤਿਮ ਸਮੇਂ ਜ਼ਿਆਦਾ ਕਿਲਾ ਢਹਿ ਢੇਰੀ ਹੋ ਜੂਗਾ, ਮੈਂ ਤੁਹਾਨੂੰ ਦੱਸ ਰਿਹਾ ਖਤਮ ਹੋ ਜੂਗਾ ਕਿਲਾ, ਕਿਲੇ ਦੀ ਇੱਟ ਵੀ ਨਹੀਂ ਛੋੜੀ, ਲੋਕ ਇੱਟਾਂ ਚੱਕ ਕੇ ਲੈ ਗਏ। ਸੋ ਇਹਨਾਂ ਨੂੰ ਲੱਗਿਆ ਕਿ ਇੱਦਾਂ ਦੂਜੀ ਪਾਰਟੀ ਦੇ MLA ਪੱਟ ਲਓ, ਹਾਲਾਂਕਿ ਇਹ ਬਿਲਕੁਲ ਐਥਿਕਸ ਦੇ ਖਿਲਾਫ ਗੱਲ ਹੈ। ਜਾਂ ਫਿਰ ਸੁਖਬੀਰ ਸਿੰਘ ਬਾਦਲ ਆ ਜਾਣ ਉੱਥੇ ਉਹਦੇ ਸਾਹਮਣੇ, ਮੈਂ ਸਾਹਮਣੇ ਲੜੂੰਗਾ। ਡਿੰਪੀ ਢਿੱਲੋਂ ਦੀ ਇਸ ਚੀਜ਼ ਦਾ ਖਦਸ਼ਾ ਪ੍ਰਗਟਾ ਰਹੇ ਆ? ਨਹੀਂ, ਡਿੰਪੀ ਢਿੱਲੋਂ ਜੀ ਜਿਹੜੀ ਗੱਲ ਕਹਿ ਰਹੇ ਆ ਉਹ ਖਦਸ਼ਾ ਨਹੀਂ ਹੈ, ਉਹ ਤਾਂ ਉਹਨਾਂ ਨੂੰ ਪਤਾ ਹੀ ਸੀਗਾ। 2022 ਦੇ ਵਿੱਚ ਡਿੰਪੀ ਢਿੱਲੋਂ ਜੀ ਦੀ ਮਨਪ੍ਰੀਤ ਬਾਦਲ ਨੇ ਮਦਦ ਕੀਤੀ, ਤੁਸੀਂ ਪੁੱਛ ਲਿਓ ਡਿੰਪੀ ਜੀ ਨੂੰ। ਆਪ ਗੋਲਡੀ ਕਬੋਜ ਤੋਂ ਹਾਰੇ, ਸੁਖਬੀਰ ਸਿੰਘ ਬਾਦਲ ਸਾਹਿਬ, ਮਨਪ੍ਰੀਤ ਬਾਦਲ 64,000 ਵੋਟਾਂ ਨਾਲ ਹਾਰੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 22-23,000 ਨਾਲ ਹਾਰੇ। ਜਾਂਦੀ ਵਾਰੀ ਸੁਖਬੀਰ ਸਿੰਘ ਬਾਦਲ ਬੜਕਾ ਮਾਰੀ ਜਾਂਦਾ ਸੀ, ਠੀਕ ਹੈ, 7 ਦਿਨ ਪਹਿਲਾਂ। ਹੁਣ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ। ਐਮਰਜੈਂਸੀ ਫਿਲਮ ਅਤੇ ਉਸ ਤੋਂ ਬਾਅਦ ਦਿੱਤਾ ਗਿਆ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਬਿਆਨ ਹੈ, ਉਹਨੂੰ ਬਤੌਰ MP ਕਿਵੇਂ ਦੇਖਦੇ? ਔਰਤ ਨੂੰ ਕੁਝ ਕਹਿਣਾ ਚੰਗੀ ਗੱਲ ਨਹੀਂ ਹੈ। ਚਲੋ ਬਤੌਰ MP ਜੋ ਉਸ ਤਰ੍ਹਾਂ ਦਾ ਬਿਆਨ ਆ ਬੀਂਗ ਏ ਵੋਮਨ, ਬਟ ਮੈਨੂੰ ਲੱਗਦਾ ਉਹਨਾਂ ਨੂੰ ਮਾਨਸਿਕ ਉਹਨਾਂ ਦੇ ਇਲਾਜ ਦੀ ਜ਼ਰੂਰਤ ਹੈ। ਬੇਸ਼ੱਕ ਬੰਦਾ ਸੋਹਣਾ ਸੁਨੱਖਾ ਹੋਵੇ, ਤੁਰਿਆ ਫਿਰਦਾ ਹੋਵੇ, ਕੱਪੜੇ ਚੰਗੇ ਪਾਏ ਹੋਣ, ਡਜ਼ਨਟ ਮੀਨ ਕਿ ਉਹ ਫਿੱਟ ਹੈਗਾ। ਲੇਕਿਨ ਹਜੇ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਹੈ। ਮੈਨੂੰ ਸਵਾਦ ਉਹਦੇ ਆਉਣਾ ਜਿਹਦੇ ਮੈਨੂੰ 20 ਮਿੰਟ ਦੇ ਤੇ ਅਤੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਾਰੀ BJP ਬੈਠੀ ਹੋਈ, ਉਹਦੇ ਮੈਨੂੰ ਪੰਜਾਬ ਦੇ ਲੋਕ ਬਸ, ਉਹ ਮੈਂ ਭਾਵੇਂ ਇੱਕ ਹੀ ਭਾਸ਼ਣ ਹੋ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਅਤੇ ਮੈਂ ਹਾਂ ਸੁਰਖਾਬ। ਦੋਸਤੋ, ਜੇਕਰ ਅਸੀਂ ਗਿੱਦੜਬਾਹਾ ਹਲਕੇ ਦੀ ਸਿਆਸਤ ਦੀ ਗੱਲ ਕਰੀਏ ਤਾਂ ਸਿਆਸਤ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਫਿਰ ਚਾਹੇ ਉਹ ਸਿਆਸਤ ਪ੍ਰਕਾਸ਼ ਸਿੰਘ ਬਾਦਲ ਕਰਦੇ ਹੋਣ ਉੱਥੇ, ਫਿਰ ਚਾਹੇ ਮਨਪ੍ਰੀਤ ਬਾਦਲ ਦਾ ਜ਼ਿਕਰ ਆਉਂਦਾ ਹੋਵੇ, ਫਿਰ ਚਾਹੇ ਰਾਜਾ ਵੜਿੰਗ ਦਾ ਕਿਉਂ ਨਾ ਆਉਂਦਾ ਹੋਵੇ, ਪਰ ਅੱਜ ਜੋ ਹੋਇਆ ਉਹ ਐਪੀਸੋਡ ਬਿਲਕੁਲ ਵੱਖਰਾ ਆ। ਪਰ ਉਸ ਐਪੀਸੋਡ ਦੇ ਨਾਲ ਗਿੱਦੜਬਾਹਾ ਹਲਕੇ ਦੀ ਅਤੇ ਨਾਲ ਦੀ ਨਾਲ ਰਾਜਾ ਵੜਿੰਗ ਦੇ ਨਾਲ ਜੁੜੀ ਹੋਈ ਉਸ ਸਿਆਸਤ ਉੱਤੇ ਕੀ ਅਸਰ ਪਵੇਗਾ, ਮੇਰੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ। ਵੜਿੰਗ ਸਾਹਿਬ, ਸਵਾਗਤ ਹੈ ਸਪੋਕਸਮੈਨ TV ਦੇ। ਧੰਨਵਾਦ ਸੁਰਖਾਬ ਜੀ। ਵੜਿੰਗ ਸਾਹਿਬ, ਗਿੱਦੜਬਾਹਾ ਦੀ ਸਿਆਸਤ ਬੜੀ ਅਨੋਖੀ ਰਹੀ, ਬੜੀ ਜ਼ੋਰ ਅਜਮੈਸ਼ ਵਾਲੀ ਰਹੀ ਆ। ਰਾਜਾ ਵੜਿੰਗ ਤਾਂ ਪ੍ਰਤੱਖ ਪ੍ਰਮਾਣ ਨੇ ਉਸ ਚੀਜ਼ ਦਾ, ਪਰ ਅੱਜ ਜੋ ਐਪੀਸੋਡ ਹੋਇਆ ਉਸ ਐਪੀਸੋਡ ਨੂੰ ਕਿਵੇਂ ਦੇਖਦੇ ਹੋ? ਡਿੰਪੀ ਢਿੱਲੋਂ ਦਾ ਜਾਣਾ, ਤੁਹਾਡੇ ਬਹੁਤ ਵੱਡੇ ਤਕੜੇ ਵਿਰੋਧੀ ਸੀ ਉਹ। ਦੇਖੋ ਜੀ, ਇਹ ਜਿਹੜਾ ਜਾਣ ਆਉਣ ਦਾ ਸਿਲਸਿਲਾ ਹੈ, ਇਹ ਪਿਛਲੇ 2-3 ਸਾਲਾਂ ਤੋਂ ਬਹੁਤ ਜ਼ਿਆਦਾ ਹੋ ਗਿਆ। ਇਸ ਤੋਂ ਪਹਿਲਾਂ ਇਹਦੀ ਸ਼ੁਰੂਆਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ ਕੀਤੀ ਸੀ ਜੀ। ਪੋਲੀਟਿਕਸ ਨੂੰ ਕੁਝ ਲੋਕ ਧੰਦਾ ਬਣਾ ਲੈਂਦੇ ਹੈ, ਇਹਨੂੰ ਬਿਜ਼ਨਸ ਦੇ ਵਾਂਗੂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਇਹਨੂੰ ਕਾਰਪੋਰੇਟ ਚਲਾਉਂਦੇ ਨੇ। ਤੁਸੀਂ ਕਿਸੇ ਨੂੰ ਲਾਲਚ ਦੇ ਕੇ
ਮੈਨੂੰ ਯਾਦ ਹੈ ਮੋਗਾ ਜਦੋਂ ਇਹ ਦੂਸਰੀ ਵਾਰੀ ਚੁਣੇ ਗਏ ਸਾਡੇ ਸੁਖਬੀਰ ਸਿੰਘ ਬਾਦਲ ਸਾਹਿਬ, ਉਹਨਾਂ ਨੇ ਫਿਰ ਜੈਨ ਸਾਹਿਬ ਹੁੰਦੇ ਸੀ ਇੱਕ ਮੋਗਾ ਤੋਂ ਸਾਡਾ ਐਮ ਐਲ ਏ ਪੱਟਿਆ ਮੌਜੂਦਾ, ਫਿਰ ਸਾਡੇ ਕੋਲ ਐਮ ਐਲ ਏ ਹੁੰਦੇ ਸੀ ਇੱਕ ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ, ਅੱਜ ਕੱਲ੍ਹ ਹੁਣ ਸਾਡੇ ਨਾਲ ਹੀ ਹੈ। ਸੋ ਇਹਨਾਂ ਨੂੰ ਲੱਗਿਆ ਕਿ ਇੱਦਾਂ ਦੂਜੀ ਪਾਰਟੀ ਦੇ ਐਮ ਐਲ ਏ ਪੱਟ ਲਓ, ਹਾਲਾਂਕਿ ਇਹ ਬਿਲਕੁਲ ਐਥਿਕਸ ਦੇ ਖਿਲਾਫ ਗੱਲ ਹੈ। ਠੀਕ ਹੈ, ਪਾਰਟੀਆਂ ਆਪਦੇ ਬੰਦਿਆਂ ਨੂੰ ਆਪਦੇ ਨੁਮਾਇੰਦਿਆਂ ਨੂੰ ਆਪ ਤਿਆਰ ਕਰਦੀਆਂ ਸਨ, ਤਿਆਰ ਕਰਦੀਆਂ ਕਰਦੀਆਂ ਉਹਨੂੰ ਹੌਲੀ ਹੌਲੀ ਫੀਲਡ 'ਚ ਲੈ ਕੇ ਜਾਂਦੀਆਂ ਸੀ, ਉਹਨੂੰ ਐਮ ਐਲ ਏ ਦੀਆਂ ਟਿਕਟ ਦਿੰਦੀਆਂ ਸਨ, ਉਹਨਾਂ ਨੂੰ ਲੋਕ ਮੈਂਡੇਟ ਦਿੰਦੇ ਸਨ, ਕੁਛ ਲੋਕ ਜਿੱਤ ਜਾਂਦੇ ਸਨ, ਕੁਝ ਲੋਕ ਹਾਰ ਜਾਂਦੇ ਸਨ। ਅੱਛਾ, ਇਸ ਨਾਲ ਜਨਤਾ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਜਿਹੜਾ ਬੰਦਾ ਇੱਧਰ ਫੇਲ ਹੋ ਜਾਂਦਾ ਹੈ, ਫਿਰ ਉਹ ਸਤਾ ਚਾਹ ਕੇ ਇੱਧਰ ਆ ਕੇ ਪਾਸ ਹੋਣ ਦੀ ਕੋਸ਼ਿਸ਼ ਕਰਦਾ, ਕੋਈ ਇੱਧਰ ਜਾਂਦਾ, ਕੋਈ ਇੱਧਰ ਜਾਂਦਾ, ਜਿਹਦੇ ਨਾਲ ਪਬਲਿਕ ਦਾ ਬਹੁਤ ਜਿਹੜਾ ਨੁਕਸਾਨ ਹੁੰਦਾ ਹੈ। ਹੁਣ ਰਾਜਾ ਵੜਿੰਗ ਬੀਂਗ ਏ ਮੈਂਬਰ ਆਫ ਪਾਰਲੀਮੈਂਟ ਲੁਧਿਆਣੇ ਤੋਂ ਬਣ ਗਿਆ, ਕੱਲ੍ਹ ਨੂੰ ਮੈਂ ਕਿਸੇ ਪਾਰਟੀ 'ਚ ਹੋਰ ਚਲਾ ਜਾਵਾਂ, ਇੱਥੇ ਮੈਂ ਆਪਦੀ ਪਰਫੋਰਮ ਨਾ ਕਰਾਂ ਅਤੇ ਫਿਰ ਮੈਂ ਕਿਤੇ ਹੋਰ ਚਲਾ ਜਾਵਾਂ। ਸੋ ਇਹਦੇ ਨਾਲ ਜਨਤਾ ਦਾ ਬਹੁਤ ਨੁਕਸਾਨ ਹੁੰਦਾ ਹੈ। ਪਰ ਇਹਦੀ ਸ਼ੁਰੂਆਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ ਕੀਤੀ, ਉਸ ਤੋਂ ਬਾਅਦ ਫਿਰ ਇੱਕ ਵਾਰੀ ਅਮਰਿੰਦਰ ਸਿੰਘ ਨੇ ਵੀ, ਕਾਮਰੇਡ ਜਿਹੜੀ ਸੀ ਪੀ ਆਈ ਸੀ ਪੀ ਐੱਮ 'ਚੋਂ ਅਸੀਂ ਬੰਦਾ ਮੋਗਾ ਨੱਥੂ ਰਾਮ ਜੀ ਜਿਹੜੀ ਸੀਟ ਸੀ ਉਹ ਉਹਨਾਂ ਦੀ ਹੁੰਦੀ ਸੀ, ਅਸੀਂ ਉਹਨਾਂ ਦਾ ਬੰਦਾ ਹੀ ਪਾਵਰ ਨਾਲ ਤਾਕਤ ਨਾਲ ਉਹਨੂੰ ਜੁਆਇਨ ਕਰਾ ਲਿਆ ਕਿ ਪਾਰਟੀ ਕੋਲ ਇੱਕ ਐੱਮ ਐੱਲ ਏ ਸੀਗਾ ਅਤੇ ਅਸੀਂ ਉਹਨੂੰ ਆਪਦੇ ਨਾਲ ਕਰ ਲਈਏ। ਸੋ ਇਹ ਇਹ ਸ਼ੋਰਟ ਟਰਮ ਪੋਲੀਟਿਕਸ ਹੈ, ਛੋਟੀ ਦੌੜ ਵਾਲੀ ਪੋਲੀਟਿਕਸ ਹੈ। ਹੁਣ ਸੇਮ ਐਪਨਿੰਗ ਹੁਣ ਆਮ ਆਦਮੀ ਪਾਰਟੀ ਜਿਹੜੀ ਬਦਲਾਵ ਦੀ ਪਾਰਟੀ ਸੀ, ਇਹ ਲੋਕ ਬਦਲਾਵ ਕਿਉਂ ਕਹਿੰਦੇ ਆ, ਲੋਕ ਚਾਹੁੰਦੇ ਸੀ ਵੀ ਰਵਾਇਤੀ ਪਾਰਟੀਆਂ ਤੋਂ ਨਿਕਲ ਕੇ ਇੱਕ ਨਵੀਂ ਪਾਰਟੀ ਬਣੀ ਸੀ ਜਿਨ੍ਹਾਂ ਤੋਂ ਬੜੀਆਂ ਆਸਾਂ ਵੀ ਸਨ। ਜਿਹੜੇ ਲੋਕ ਸਾਥੋਂ ਖੁਸ਼ ਨਹੀਂ ਸਨ ਉਹ ਇਹਨਾਂ ਪਾਰਟੀਆਂ ਚਲੇ ਗਏ, ਦੋਨਾਂ ਪਾਰਟੀਆਂ 'ਚ। ਠੀਕ ਹੈ, ਉਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਫਿਰ ਇੱਕ ਵਾਰੀ ਇਹਨਾਂ ਨੇ ਇਹ ਵੀ ਮੁਹਿੰਮ ਚਲਾਈ ਸੀ ਕਿ ਡੱਬੇ 'ਚੋਂ ਕੈਂਡੀਡੇਟ ਕੱਢਿਆ ਕਰਾਂਗੇ, ਅਸੀਂ ਉੱਥੇ ਜਾਵਾਂਗੇ ਵੋਟਿੰਗ ਪਵਾਵਾਂਗੇ। ਗਿੱਦੜਬਾਜ਼ 'ਚ ਇਹ ਹੋਇਆ ਸੀ ਪਹਿਲੇ ਇਲੈਕਸ਼ਨ ਵੇਲੇ ਜਦੋਂ ਲੜਾਇਆ ਗਿਆ ਕਿ ਕੈਂਡੀਡੇਟ ਫਾਈਨਲ ਆਪਾਂ ਤਦ ਕਰੋ ਜਿਹਨੂੰ ਜ਼ਿਆਦਾ ਲੋਕ ਵਲੰਟੀਅਰ ਚਾਹੁੰਦੇ ਹੈ। ਬਾਕਸ ਦੇ ਵਿੱਚ ਗਿੱਦੜਬਾ ਵੋਟਾਂ ਪਈਆਂ, ਰੌਲਾ ਜਿਹਾ ਵੀ ਪਿਆ ਉੱਥੇ। ਇਹ ਵੀ ਇਹਨਾਂ ਨੇ ਕਿਹਾ, ਇਹ ਵੀ ਕਿਹਾ ਸੀ ਵੀ ਅਸੀਂ ਜਿਹੜਾ ਪੰਜਾਬ ਦਾ ਬਜਟ ਬਣਾਵਾਂਗੇ, ਪਹਿਲਾ ਬਜਟ ਤੁਰ ਫਿਰ ਕੇ ਲੋਕਾਂ ਤੋਂ ਬਣਾਵਾਂਗੇ, ਉਹ ਲੋਕਾਂ ਦਾ ਬਜਟ ਹੋਊਗਾ, ਇਹੋ ਜਿਹੀ ਨਵਾਂ ਡਰਾਮੇ। ਸੋ ਲੋਕਾਂ ਨੇ ਆਖਿਆ ਯਾਰ ਬੜੀ ਚੰਗੀ ਗੱਲ ਹੈ, ਦਿਸ ਇਜ਼ ਫਸਟ ਟਾਈਮ ਇਹ ਆਈਟਮ ਹੋ ਰਹੀ ਹੈ, ਇਹ ਕੰਮ ਹੋ ਰਿਹਾ। ਹੁਣ ਲੋਕ ਮਹਿਸੂਸ ਕਰ ਰਹੇ ਨੇ ਕਿ ਸਾਡੇ 'ਤੇ ਉਹੀ ਲੋਕ ਲਿਆ ਕੇ ਬਿਠਾ ਦਿੱਤੇ ਗਏ, ਚਾਹੇ ਉਹ ਕਾਂਗਰਸ ਦੇ ਲਿਆ ਕੇ ਬਿਠਾਏ, ਚਾਹੇ ਉਹ ਅਕਾਲੀਆਂ ਦੇ ਲਿਆ ਕੇ ਬਿਠਾਏ। ਸੋ ਮੇਰੇ ਵਾਸਤੇ ਤਾਂ ਕੋਈ ਨਵੀਂ ਚੀਜ਼ ਨਹੀਂ ਹੋਈ, ਕਿਸੇ ਦਾ ਜਾਣਾ, ਕਿਸੇ ਦਾ ਆਉਣਾ, ਦਿਸ ਇਜ਼ ਆ ਇਹ ਹੁਣ ਪਾਰਟੀਆਂ ਨੇ ਕੰਮ ਹੀ ਸ਼ੁਰੂ ਕਰ ਲਿਆ। ਸਾਹਿਬ ਤੁਹਾਡਾ ਗੜ੍ਹ ਗਿੱਦੜਬਾ ਪਿਛਲੀ ਵਾਰੀ 22 ਦਾ ਮਾਰਜਨ ਦੇਖੀ ਹੈ, 1349 ਵੋਟਾਂ ਦਾ ਮਾਰਜਨ ਰਿਹਾ, ਪਰ ਐਤਕੀ ਸੱਤਾਧਾਰੀ ਧਿਰ ਦੇ ਵਿੱਚ ਡਿੰਪੀ ਢਿੱਲੋਂ ਦਾ ਚਲੇ ਜਾਣਾ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਲਈ, ਕਿਉਂਕਿ ਤੁਹਾਡਾ ਤਾਂ ਗੜ੍ਹ ਹੈ ਨਾ ਉੱਥੋਂ, ਹੁਣ ਕਾਂਗਰਸ ਦੀਆਂ ਰਾਜਾ ਵੜਿੰਗ ਨੇ ਸਿੱਧੇ ਤੌਰ 'ਤੇ ਇੱਕ ਪਰਸਨਲ ਇਲੈਕਸ਼ਨ ਵੀ ਬਣ ਜਾਂਦਾ ਆ, ਤਾਂ ਉੱਥੇ ਕੰਪੀਟੀਸ਼ਨ ਬਹੁਤ। ਗੜ੍ਹ ਤਾਂ ਨਹੀਂ ਮੈਂ ਕਹਾਂਗਾ, ਮੇਰਾ ਘਰ ਹੈ ਗਿੱਦੜਬਾ ਦੇ ਲੋਕਾਂ ਨਾਲ ਮੈਨੂੰ ਬਹੁਤ ਇਸ਼ਕ ਹੈ, ਪਿਆਰ ਹੈ। ਜਿੱਥੋਂ ਤੱਕ ਤੁਸੀਂ ਗੱਲ ਹੋ, ਤਾਂ ਅਕਾਲੀ ਦਲ ਤੋਂ ਲੜੇ ਸੀ ਬਿਲਕੁਲ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ, ਲੇਕਿਨ ਹੁਣ ਇਸ ਵਾਰੀ ਉਹ ਆਮ ਆਦਮੀ ਪਾਰਟੀ ਤੋਂ ਚੁਣਾਵ ਲੜ ਰਿਹਾ। ਹਜੇ ਤਾਂ ਰਿਐਕਸ਼ਨ ਆਉਣੇ ਹੈ ਕਿ ਅਕਾਲੀ ਦਲ ਤੋਂ ਲੜਦੇ ਸਨ ਉਹਦਾ ਰਿਐਕਸ਼ਨ ਕੀ ਸੀ, ਕਿਉਂਕਿ 7 ਕੁ ਦਿਨ ਪਹਿਲਾਂ ਹੀ ਉਹ ਸੁਖਬੀਰ ਸਿੰਘ ਬਾਦਲ ਜੀ ਹੋਰਾਂ ਦੇ ਨਾਲ ਪਿੰਡੋ ਪਿੰਡ ਪ੍ਰੋਗਰਾਮ ਸੀਗੇ। ਹੁਣ ਆਲ ਆਫ ਸਡਨ ਉਹਨਾਂ ਨੇ ਝਾੜੂ ਦਾ ਦਾਮਨ ਫੜ ਲਿਆ,
ਸੋ ਰਿਐਕਸ਼ਨ ਰਿਐਕਟ ਲੋਕਾਂ ਨੇ ਕਰਨਾ ਹੈ ਇਮੀਡੀਏਟਲੀ, ਉਹਦਾ ਮੈਂ ਅੱਜ ਕੁਝ ਨਹੀਂ ਦੱਸ ਸਕਦਾ। ਬਹੁਤ ਸਾਰੇ ਲੋਕ ਇਹ ਜਿਹਨਾਂ ਦੀ 42-43 ਹਜ਼ਾਰ ਵੋਟ ਆਮ ਆਦਮੀ ਪਾਰਟੀ ਨੂੰ ਪਈ ਸੀ, ਉਹ ਕਿੱਦਾਂ ਬਿਹੇਵ ਕਰਦੇ ਹੈ, ਕਿੱਦਾਂ ਰਿਐਕਟ ਕਰਦੇ ਹੈ, ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਜਿਹੜੇ ਹੁਣ ਢਿੱਲੋਂ ਸਾਹਿਬ ਦੇ ਨਾਲ ਲੋਕ ਜਾਣਗੇ ਪਿੰਡਾਂ 'ਚੋਂ ਅਕਾਲੀ ਦਲ ਦੇ, ਠੀਕ, ਉਹ ਡੋਮੀਨੇਟ ਕਰਨਗੇ, ਸਰਪੰਚ ਉਹ ਮੰਨਣਗੇ, ਬਲੋਕ ਸੰਮਤੀ ਉਹ ਲੜਨਗੇ, ਸੱਤਾ ਸਰਕਾਰ ਦਾ ਆਨੰਦ ਉਹ ਭੋਗਣਗੇ, ਕਿਉਂਕਿ ਉਹਨਾਂ ਲੋਕਾਂ ਨਾਲ ਤਾਂ ਲੜਾਈ ਸੀ ਨਾ ਜਿਹੜੇ ਆਮ ਆਦਮੀ ਪਾਰਟੀ 'ਚ ਲੋਕ ਗਏ। ਉਹ ਰਿਐਕਟ ਕਿਵੇਂ ਕਰਦੇ ਹੈ, ਢਿੱਲੋਂ ਸਾਹਿਬ ਦੇ ਨਾਲ ਕਿੰਨੇ ਕੁ ਲੋਕ ਜਿਹੜੇ ਅਕਾਲੀ ਦਲ ਦੇ ਜਾਂਦੇ ਹੈ, ਇਹਦਾ ਰਿਐਕਸ਼ਨ ਹੁਣ 5-7 ਦਿਨਾਂ ਨੂੰ ਤੁਹਾਨੂੰ ਦਿਖੂਗਾ। ਫਾਇਦਾ ਫਿਰ ਕਾਂਗਰਸ ਨੂੰ ਮਿਲੂਗਾ? ਨਹੀਂ, ਮੈਂ ਉਹੀ ਤਾਂ ਕਹਿੰਦਾ ਇਟਸ ਨੋਟ ਈਜ਼ੀ ਟੂ ਸੇ। ਮੈਂ ਕਿਉਂਕਿ ਮੈਂ ਨਾ ਸੁਰਖਾਬ ਕੋਸ਼ਿਸ਼ ਕਰਦਾ ਕਿ ਫਾਲਤੂ ਗੱਲ ਮੀਡੀਆ 'ਤੇ ਜਾਂ ਪਬਲਿਕ 'ਚ ਨਾ ਕਹੀ ਜਾਵੇ, ਕਿਉਂਕਿ ਮੈਂ ਦੇਖਿਆ ਭਗਵੰਤ ਮਾਨ ਜੀ 13-0 ਕਹੀ ਜਾਂਦੇ ਸੀ, ਨਿਕਲੀਆਂ 3। ਸੁਖਬੀਰ ਬਾਦਲ ਜੀ 25 ਸਾਲ ਰਾਜ ਕਹਿ ਰਹੇ ਸੀ, ਮੈਂ ਕਹਿ ਰਿਹਾ ਸੀ ਸਾਡੀਆਂ ਸੀਟਾਂ ਸਭ ਤੋਂ ਵੱਧ ਆਉਣਗੀਆਂ। ਗੱਲ ਉਹਨੀ ਉਹਦਾ ਮੇਰੇ ਵੀ ਸਾਨੂੰ ਮਿਲੂਗਾ ਨਹੀਂ ਮਿਲੂਗਾ, ਇਹ ਸਮਾਂ ਦੱਸੇਗਾ ਵੀ ਉਹਦਾ ਲਾਭ ਮਿਲੂਗਾ ਕਿ ਨਹੀਂ। ਹਾਂ, ਲੋਕ ਇਹ ਜ਼ਰੂਰ ਸੋਚਦੇ ਰਹਿੰਦੇ ਸੁਖਾਬ ਜੀ ਦਾ, ਯਾਰ ਬੈਸਟ ਕੌਣ ਹੈ, ਬੰਦਾ ਚੰਗਾ ਕੌਣ ਹੈ, ਸੱਚੀ ਗੱਲ ਕੌਣ ਕਰਦਾ ਭਾਵੇਂ ਕੌੜੀ ਕਰੇ, ਐਂਡ ਕੌਣ ਆਪਦੇ ਐਥਿਕਸ 'ਤੇ ਖੜਾ ਹੈ। ਅੱਜ ਮੈਂ ਸਪੋਕਸਪਰਸਨ ਦੀ ਬਦਨਾਮੀ ਕਰਾਂ ਅਤੇ ਕੱਲ੍ਹ ਨੂੰ ਮੈਂ ਉਹਦੀਆਂ ਤਾਰੀਫਾਂ ਕਰਾਂ, ਜਾਂ ਕੱਲ੍ਹ ਨੂੰ ਮੈਂ ਉਹਦੀਆਂ ਤਾਰੀਫਾਂ ਕਰਾਂ ਅਤੇ ਅੱਜ ਉਹਦੀ ਬਦਨਾਮੀ ਕਰਾਂ, ਤੁਹਾਡੀ ਕ੍ਰੈਡੀਬਿਲਟੀ ਦੇ ਵਿੱਚ ਗਿਰਾਵਟ ਆਉਂਦੀ ਹੈ। ਮੈਂ ਤੁਹਾਨੂੰ ਆਖਿਆ ਕਿ ਸ਼ੋਰਟ ਟਰਮ ਉਹਦਾ ਫਾਇਦਾ ਹੋ ਜਾਂਦਾ ਹੈ, ਸੱਤਾ ਸਰਕਾਰ ਮੂਲ ਮੰਤਰ ਦੇ ਨਾਲ ਦਮ ਨਾਲ ਤੁਸੀਂ ਕਈ ਵਾਰੀ ਕੋਈ ਪੌੜੀ ਚੜ੍ਹਨ 'ਚ ਕਾਮਯਾਬ ਹੋ ਜਾਂਦੇ ਹੋ, ਬਟ ਉਹਦਾ ਲੌਂਗ ਟਰਮ 'ਚ ਫਾਇਦਾ ਨਹੀਂ ਹੁੰਦਾ। ਲੇਕਿਨ ਊਠ ਕਿਸ ਕਰਵਟ ਬੈਠੇਗਾ, ਹਜੇ ਤਾਂ ਬੜੇ ਰੋਚਕ ਉੱਥੇ ਸਿਸਟਮ ਹੋ ਸਕਦਾ। ਕੰਪੀਟੀਸ਼ਨ ਬੜਾ ਰੋਚਕ ਨਜ਼ਰ ਆ ਰਿਹਾ, ਸੁਖਬੀਰ ਸਿੰਘ ਬਾਦਲ ਦਾ ਵੀ ਸ਼ਾਇਦ ਹੁਣ ਜ਼ਿਆਦਾ ਪਲੜਾ ਭਾਰੀ ਨਜ਼ਰ ਆ ਰਿਹਾ ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ। ਅਤੇ ਕੀ ਵੜਿੰਗ ਪਰਿਵਾਰ ਦੇ ਵਿੱਚੋਂ ਚੋਣ ਲੜੀ ਜਾਊਗੀ ਉੱਥੇ ਹੁਣ? ਮੈਂ ਨਾ ਜਿਹੜੇ ਰੋਚਕ ਮੁਕਾਬਲੇ ਹੁੰਦੇ ਆ ਸੁਰਖਾਬ, ਉਹ ਮੈਂ ਜ਼ਰੂਰ ਖੇਡਦਾ ਕੋਈ ਵੀ ਗੇਮ ਹੋਵੇ, ਠੀਕ ਹੈ। ਰੋਚਕ ਮੁਕਾਬਲਾ ਸਿਆਸਤ ਦਾ, ਇਲੈਕਸ਼ਨ ਲੜਨ ਦਾ, ਲੜਾਈ ਦਾ, ਜਿੱਥੇ ਜਿੱਥੇ ਇੰਟਰਸਟ ਨਾ ਹੋਵੇ, ਡਿਸਇੰਟਰਸਟ ਜਾਂ ਹੋਵੇ, ਉਹ ਮੈਂ ਖੇਡਦਾ ਨਹੀਂ ਕਦੇ। ਠੀਕ ਹੈ। ਮੈਂ ਹਮੇਸ਼ਾ ਇਹ ਚਾਹੁੰਦਾ ਕਿ ਇਹ ਪੂਰੇ ਜਿੱਥੇ ਸਿੰਘ ਫਸਣ ਉੱਥੇ ਮਜ਼ਾ ਆਉਂਦਾ, ਅਦਰਵਾਈਜ਼ ਤੁਹਾਨੂੰ ਸਵਾਦ ਨਹੀਂ ਆਉਂਦਾ। ਉਹ ਕਹਿੰਦੇ ਸਿੰਘ ਬਾਦਲ ਦੇ ਖਿਲਾਫ ਪੁਰਾਣੀ ਚੋਣ ਲੜਨਗੇ, ਪੁਰਾਣੀ ਕਹਾਵਤ ਹੈ, 2 ਕਦਮ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਸੋ ਇੱਥੋਂ ਤੱਕ ਪਹੁੰਚਣ ਦਾ ਇਹੀ ਰਾਜ ਰਿਹਾ। ਨਹੀਂ, ਸਾਡਾ ਕੀ ਮੁਕਾਬਲਾ ਸੀ ਬਾਦਲਾਂ ਨਾਲ? ਮਨਪ੍ਰੀਤ ਬਾਦਲ ਨੂੰ ਹਰਾਉਣਾ, ਹਰਸਿਮਰਤ ਕੌਰ ਬਾਦਲ ਜੀ ਨੂੰ ਵੱਡਾ ਚੁਣੌਤੀ ਦੇਣੀ। ਬੇਸ਼ੱਕ ਉਹ ਦੋਨੋਂ ਰਲ ਗਏ ਸੀ 2019 'ਚ, ਮੈਨੂੰ ਉਹਨਾਂ ਨੇ ਹਰਾ ਲਿਆ, ਲੇਕਿਨ ਲੋਕਾਂ ਨੇ ਇਹ ਫੀਲ ਕੀਤਾ ਵੀ ਜਿਤਨਾ ਮੁੰਡਾ ਚਾਹੀਦਾ ਸੀ, ਉਹ ਵੀ ਰੋਲ 'ਤੇ ਸੀ ਬਾਦਲ। ਇੱਦਾਂ ਦੀਆਂ ਲੋਕ ਗੱਲਾਂ ਕਰਦੇ ਸੀ। ਜਿੱਥੋਂ ਤੱਕ ਤੁਹਾਨੂੰ ਗੱਲ ਤੁਸੀਂ ਗੱਲ ਕਰ ਰਹੇ ਹੋ, ਮੈਂ ਇਹ ਚਾਹੁੰਦਾ ਕਿ ਹੁਣ ਜਿਸ ਪ੍ਰਕਾਰ ਦਾ ਸਿਸਟਮ ਬਣਿਆ ਹੋਇਆ ਉੱਧਰੋਂ ਮਨਪ੍ਰੀਤ ਸਿੰਘ ਬਾਦਲ, ਹੁਣ ਦੇਖਣਾ ਇਹ ਹੈ ਕਿ ਦੋਨਾਂ ਭਰਾ ਸਮਝੌਤਾ ਕਿੱਥੋਂ ਤੱਕ ਨਿਭਾਉਂਦੇ ਆ ਆਪਦਾ। ਡਿੰਪੀ ਢਿੱਲੋਂ ਵੀ ਇਸੇ ਚੀਜ਼ ਦਾ ਖਦਸ਼ਾ ਪ੍ਰਗਟਾ ਰਹੇ ਆ? ਨਹੀਂ, ਡਿੰਪੀ ਢਿੱਲੋਂ ਜੀ ਜਿਹੜੀ ਗੱਲ ਕਹਿ ਰਹੇ ਹੈ ਉਹ ਖਦਸ਼ਾ ਨਹੀਂ ਹੈ, ਉਹ ਤਾਂ ਉਹਨਾਂ ਨੂੰ ਪਤਾ ਹੀ ਸੀਗਾ। 2022 ਦੇ ਵਿੱਚ ਡਿੰਪੀ ਢਿੱਲੋਂ ਜੀ ਦੀ ਮਨਪ੍ਰੀਤ ਬਾਦਲ ਨੇ ਮਦਦ ਕੀਤੀ, ਤੁਸੀਂ ਪੁੱਛ ਲਿਓ ਡਿੰਪੀ ਜੀ ਨੂੰ। ਸ਼ਰੇਆਮ ਮੇਰੇ ਬੰਦੇ ਉੱਧਰ ਚੜ੍ਹਾ ਤੇ, ਜਿਹੜੇ ਮੇਰੇ ਤੋਂ ਬਣੇ ਸੀ ਸਰਪੰਚ, ਰਾਤ ਨੂੰ ਆਉਂਦਾ ਹੁੰਦਾ ਸੀ ਉਹਨਾਂ ਦਾ ਸਾਲਾ, ਅਤੇ ਉਹ ਫੋਨ ਕਰਦੇ ਹੁੰਦੇ ਸੀ ਅਤੇ ਉਹ ਚੜ੍ਹਾ ਦਿੰਦੇ ਸੀ ਬੰਦੇ।
ਇਸੇ ਕਰਕੇ ਮੈਂ ਕਿਹਾ ਸੀ ਮੈਂ ਸਾਰੇ ਬਾਦਲ ਉਡਾ ਦਿਓ। ਠੀਕ ਹੈ, ਕਾਂਗਰਸ 'ਚ ਹੁੰਦੇ ਹੋਏ ਉਹਨੇ 2019 'ਚ ਮੇਰੀ ਮੁਖਾਲਫਤ ਕੀਤੀ, ਫਿਰ 2022 ਸਰੂਪ ਸਿੰਘ ਸਿੰਗਲਾ ਕਹਿੰਦਾ ਤਾਂ ਹੁੰਦਾ ਸੀ ਕਿ ਉੱਥੇ ਅਕਾਲੀ ਦਲ ਦੀ ਮਦਦ ਕਰਦਾ, ਇੱਥੇ ਅਕਾਲੀ ਦਲ ਆ ਕੇ ਇਹਦੀ ਮਦਦ ਕਰਦੇ। ਠੀਕ, ਸੋ ਉਹ ਫਿਰ ਕੀ ਹੋਇਆ, ਉਹਦਾ ਆਪ ਗੋਲਡੀ ਕੰਬੋਜ਼ ਤੋਂ ਹਾਰੇ, ਸੁਖਬੀਰ ਸਿੰਘ ਬਾਦਲ ਸਾਹਿਬ, ਮਨਪ੍ਰੀਤ ਬਾਦਲ 64,000 ਵੋਟਾਂ ਨਾਲ ਹਾਰੇ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 22-23 ਹਜ਼ਾਰ ਨਾਲ ਹਾਰੇ ਜਾਂਦੀ ਵਾਰੀ, ਰਾਜਾ ਵੜਿੰਗ ਉੱਥੋਂ ਕੋਨੇ 'ਚੋਂ ਜਿੱਤ ਗਿਆ। ਰੀਜ਼ਨ ਬੀਂਗ, ਲੋਕ ਕਹਿੰਦੇ ਕਿ ਜੇ ਤੁਸੀਂ ਕੋਈ ਗੱਲ ਕਰਦੇ ਹੋ, ਦਾਰੂ ਪੀਂਦੇ ਤਾਂ ਸਾਨੂੰ ਦੱਸ ਦਿਓ, ਦਾਰੂ ਪੀਂਦੇ ਉਹਨੂੰ ਸਟੀਲ ਦੇ ਗਲਾਸ 'ਚ ਲੁਕੋ ਕੇ ਨਾ ਪੀਓ। ਇਸ ਗੱਲ ਨੂੰ ਪੰਜਾਬੀ ਮਾਇੰਡ ਕਰਦੇ ਹੈ, ਦਾਰੂ ਪੀਣ ਨੂੰ ਮਾਇੰਡ ਨਹੀਂ ਕਰਦੇ, ਕਹਿੰਦੇ ਚੋਰੀ ਕੰਮ ਕਰਨ ਨੂੰ ਮਾਇੰਡ ਕਰਦੇ। ਅਮਰਿੰਦਰ ਸਿੰਘ ਸੀਗਾ, 100 ਐਬ ਸੀ ਅਮਰਿੰਦਰ ਸਿੰਘ, ਕਮਜ਼ੋਰੀਆਂ ਸੀ, ਲੇਕਿਨ ਰੂਸਾ ਵਾਲੀ ਗੱਲ ਸ਼ਰੇਆਮ ਪਤਾ ਸੀ। ਠੀਕ, ਲੋਕ ਕਹਿੰਦੇ ਠੀਕ ਹੈ ਯਾਰ, ਜੇ ਹੈਗੀ ਹੈ ਤਾਂ ਠੀਕ ਹੈ। ਸੋ ਜਦੋਂ ਤੁਸੀਂ ਗੱਲ ਕੁਛ ਪਾਓਗੇ ਉਹ ਪੰਜਾਬੀਆਂ ਨੂੰ ਬਿਲਕੁਲ ਪਸੰਦ ਨਹੀਂ ਹੈ। ਸੋ ਮੇਰੇ ਕਹਿਣ ਦਾ ਮਤਲਬ, ਹੁਣ ਦੋਵਾਂ ਦਾ ਰਿਸ਼ਤਾ ਵੀ ਹੈ, ਯਾਰੀ ਵੀ ਹੈ, ਲਿਹਾਜ਼ ਵੀ ਹੈ, ਪਰਿਵਾਰ ਸਾਂਝ ਪੈ ਗਈ ਹੈ, ਕੋਈ ਕਿਸੇ ਦੇ ਖਿਲਾਫ਼ ਬੋਲਦਾ ਨਹੀਂ, ਹੁਣ ਲੁਕਾਉਂਦੇ ਕਿਉਂ ਹੈ? ਜਾਂ ਤਾਂ ਉਹ ਸੀਟ ਛੱਡ ਦਿਓ ਤੁਸੀਂ ਮਨਪ੍ਰੀਤ ਬਾਦਲ ਵਾਸਤੇ, ਠੀਕ ਹੈ, ਕਿ ਮਨਪ੍ਰੀਤ ਬਾਦਲ ਚੁਣਾਵ ਲੜੇਗਾ, ਸਾਡੀ ਸਾਰੀ ਸਮਰਥਨ ਇਹਨਾਂ ਨੂੰ ਹੈ, ਪਾਰਟੀ ਬਾਜੀ ਤੋਂ ਉੱਪਰ ਉੱਠ ਕੇ, ਇੱਥੇ ਭਾਜਪਾ ਦਾ ਕੋਈ ਸਵਾਲ ਨਹੀਂ ਹੈ, ਇੱਥੇ ਭਰਾ ਭਰਾਵਾਂ ਦਾ ਸਵਾਲ ਹੈ। ਜਾਂ ਫਿਰ ਸੁਖਬੀਰ ਸਿੰਘ ਬਾਦਲ ਆ ਜਾਣ ਉੱਥੇ ਉਹਦੇ ਸਾਹਮਣੇ ਕਿ ਯਾਰ ਇਹ ਗੱਲ ਨਹੀਂ ਹੈ, ਸਾਨੂੰ ਝੂਠਾ ਬਦਨਾਮ ਕਰਦੇ ਹੋ, ਰਾਜੇ ਵੜਿੰਗ ਨੇ ਸ਼ੁਰੂਆਤ ਕੀਤੀ ਸੀ, ਹੁਣੇ ਵੀ ਕਹਿਣ ਲੱਗ ਪਏ, ਔਰ ਮੈਂ ਸਾਹਮਣੇ ਲੜੂੰਗਾ, ਜਿੱਤਾ ਹਾਰਾ ਨਹੀਂ ਗੱਲ ਹੁੰਦੀ। ਹੁਣ ਮੈਨੂੰ ਇਹ ਦੱਸੋ, ਜਦੋਂ ਬਿਪਤਾ 'ਚ ਹੋਵੇ ਪਾਰਟੀ, ਇਹ ਗੜ੍ਹ ਸੀਗਾ, ਇਹ ਗੜ੍ਹ ਸੀਗਾ, ਕਿਲ੍ਹਾ ਹੈ ਇਹ, ਮੁਕਤਸਰ ਕਿਲ੍ਹਾ ਹੈ ਅਕਾਲੀ ਦਲ ਦਾ, ਬਿਲਕੁਲ, ਬਾਦਲ ਸਾਹਿਬ ਇੱਥੋਂ ਆ ਸਾਰਾ ਦਿਨ, ਹੁਣ ਕਿਲ੍ਹੇ ਦੇ ਵਿੱਚ ਸੰਨ ਲੱਗ ਗਿਆ, ਅੰਤਿਮ ਸਮੇਂ ਜਾਂ ਤਾਂ ਕਿਲ੍ਹਾ ਢਹਿ ਢੇਰੀ ਹੋ ਜੂਗਾ, ਮੈਂ ਤੁਹਾਨੂੰ ਦੱਸਦਾ, ਖਤਮ ਹੋ ਜੂਗਾ ਕਿਲ੍ਹਾ, ਕਿਲ੍ਹੇ ਦੀ ਇੱਟ ਵੀ ਨਹੀਂ ਛੋੜੀ, ਲੋਕ ਇੱਟਾਂ ਚੱਕ ਕੇ ਲੈ ਜਾਣਗੇ। ਗਿੱਦੜਵਾ ਸੀਟ ਬਿਲਕੁਲ ਵੀ ਸੁਰਖਾਮ ਜੀ, ਮੈਂ ਕਹਿੰਦਾ ਕਿਲ੍ਹੇ ਦੀਆਂ ਇੱਟਾਂ ਚੱਕ ਕੇ ਲੈ ਜਾਣਗੇ, ਹੁਣ ਇਸ ਵਾਰੀ ਲੰਬੀ 'ਚੋਂ ਵਧੇ ਹੈ ਨਾ ਬਾਦਲ ਸੀ। ਠੀਕ ਹੈ, ਜੇ ਗੱਲ ਪਰਵੇਲ ਜਿਵੇਂ ਹੋ ਰਹੀ ਹੈ, ਚਰਚਾ ਚੱਲ ਰਹੀ ਹੈ, ਨਹੀਂ ਕੁਛ ਕਰਦੇ ਤਾਂ ਸੁਖਬੀਰ ਸਿੰਘ ਬਾਦਲ ਲੰਬੀ ਤੋਂ ਵੀ ਸਮਾਪਤ ਹੋ ਜਾਏਗਾ, ਅਗਲੀ ਵਾਰੀ ਚੁਣਾਵ ਲੜੇਗਾ, ਦੇਖ ਲਿਓ ਤੁਸੀਂ। ਇਹ ਹੁਣ ਕਿਲ੍ਹੇ ਦੇ ਵਿੱਚ ਵੜ ਗਏ, ਕਿਲ੍ਹੇ ਨੂੰ ਸੰਨ ਲੱਗ ਗਿਆ, ਕਿਲ੍ਹੇ ਦੇ ਵਿੱਚ ਵੱਡਾ ਸੰਨ ਲਾ ਲਿਆ, ਇਹਨੂੰ ਬਚਾਉਣ ਵਾਸਤੇ ਜਾਂ ਤਾਂ ਆਪ ਲੜੋ, ਨਾਲੇ ਇਹ ਗੱਲ ਦੱਸੋ ਵੀ ਮੇਰੀ ਤੇ ਮਨਪ੍ਰੀਤ ਦੀ ਲਿਹਾਜ਼ ਨਹੀਂ ਹੈ, ਚੈਲੰਜ ਆ ਕਿ ਨਸੀਹਤ ਹੈ? ਨੋ ਨੋ, ਮੈਂ ਚੈਲੰਜ ਕਰਨੇ ਛੱਡਤੇ ਹੈ ਯਾਰ, ਹੁਣ ਆਈ ਡੋਨਟ ਡੂ ਲੁਧਿਆਣੇ ਤੋਂ ਬਾਅਦ ਚੈਲੰਜ ਕਰਨੇ ਛੱਡਤੇ? ਨੋ ਨੋ ਨੋ, ਉਹ ਚੈਲੰਜ ਨਹੀਂ, ਉਹ ਚੈਲੰਜ ਉਹਨਾਂ ਦਾ ਸੀਗਾ, ਫਿਰ ਉਹਨਾਂ ਨੂੰ ਕਿਹਾ ਵੀ ਆ ਗਿਆ ਰਾਜਾ, ਮੈਂ ਚੈਲੰਜ ਕਿਸੇ ਨੂੰ ਨਹੀਂ ਕਰਦਾ, ਕੋਈ ਚੈਲੰਜ ਨਹੀਂ, ਪਰ ਮੇਰੇ ਇੱਕ ਰਾਏ ਹੈ, ਐਂਡ ਜਿਹੜੇ ਤੁਸੀਂ ਪੁੱਛਦੇ ਹੋ ਸਵਾਲ, ਮੈਂ ਤੁਹਾਨੂੰ ਕਿਹਾ ਕਿ ਰੋਚਕ ਮੁਕਾਬਲੇ ਰਾਜਾ ਵੜਿੰਗ ਚਾਹੇ ਉਹ ਕਿਸੇ ਦੇ ਹੋਣ, ਉੱਥੇ ਆਪਦਾ ਦਖਲ ਅਤੇ ਉੱਥੇ ਆਪਦਾ ਯੋਗਦਾਨ ਜ਼ਰੂਰ ਪਾਉਣਾ। ਰਾਜਾ ਵੜਿੰਗ ਨੇ ਸਰਵੇਜ਼ ਕਰਾਉਣੇ ਸ਼ੁਰੂ ਕਰ ਦਿੱਤੇ ਨੇ ਅਮਰਤਾ ਵੜਿੰਗ ਦੇ ਨਾਂ ਤੋਂ। ਸੁਰਖਾਬ, ਜਿਹੜਾ ਸਰਵੇ ਹੈ ਨਾ ਯਾਰ, ਇਹ ਸਰਵੇ ਗੁੱਡ ਫੋਰ ਨਥਿੰਗ ਹੈ, ਇਹ ਸਰਵੇ ਤੁਹਾਨੂੰ ਡਿਮੋਰਲਾਈਜ਼ ਕਰਦੇ ਹੈ। ਵੈਨ ਯੂ ਡੂ ਸਰਵੇ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਤੇਰੇ ਚੈਨਲ ਦੇ ਰਾਹੀਂ, ਤੁਹਾਡੇ ਰਾਹੀਂ, ਕਿ ਸਰਵੇ ਜਦੋਂ ਤੁਸੀਂ ਲੜਦੇ ਹੋ ਨਾ, ਇਹ ਵਾਸਤੂ ਦੀ ਕੋਈ ਗੱਲ ਕਰਦਾ ਹੈ, ਕੋਈ ਸਰਵੇ ਦੀ ਗੱਲ, ਕੋਈ ਨਗ ਪਾਈ ਫਿਰਦਾ ਹੈ, ਕੈਲਕੂਲੇਸ਼ਨ ਤਾਂ ਹੁੰਦੀ ਹੈ ਨਾ ਸਿਆਸਤਦਾਨ ਕੋਲ, ਕੈਲਕੂਲੇਸ਼ਨ ਇੱਕ। ਸੁਖਬੀਰ ਸਿੰਘ ਬਾਦਲ ਜੀ ਹੋਰਾਂ ਦੇ ਕਈ ਨਗ ਪਾਏ ਸੀ। ਠੀਕ ਹੈ, ਇੱਕ ਚਿੱਟਾ ਜਿਹਾ ਪਾਈ ਫਿਰਦੇ, ਏਡਾ ਚੌੜਾ ਜਿਹਾ, ਇੱਕ ਹੋਰ ਦੂਜਾ ਬਾਦਲ ਵੀ, ਉਹ ਜਿਹੜਾ ਲੰਬਾ ਬਾਦਲ ਹੈ, ਉਹ ਵੀ ਪਾਈ ਫਿਰਦਾ ਸੀ। ਠੀਕ ਹੈ, ਸੋ ਮੇਰੇ ਕਹਿਣ ਦਾ ਮਤਲਬ ਇਹ ਯਾਰ, ਇਹ ਜਿਹੜੀ ਸਰਵੇ ਵਰਵੇ ਫਲਾਂ ਫਲਾਂ, ਇਹ ਬੰਦੇ ਦੀ ਦ੍ਰਿੜਤਾ ਅੰਦਰੋਂ ਆਵਾਜ਼ ਆਉਂਦੀ ਹੈ ਵੀ ਚੱਕ ਦੇਣਗੇ ਫੱਟੇ। ਸੁਖਬੀਰ ਸਿੰਘ ਬਾਦਲ ਦ੍ਰਿੜ ਨਹੀਂ ਹੈਗੇ,
ਕਿਉਂਕਿ ਸੁਖਬੀਰ ਸਿੰਘ ਬਾਦਲ ਖੁਦ ਕਹਿੰਦੇ ਨਜ਼ਰ ਆਏ ਡਿੰਪੀ ਢਿੱਲੋਂ ਵਾਪਸ ਆ ਜਾ, ਤੈਨੂੰ ਅਸੀਂ ਉਮੀਦਵਾਰ ਲਾਉਣ ਦਾ ਨਹੀਂ। ਉਹ ਮੇਰਾ ਖਿਆਲ ਉਹ ਨਹੀਂ, ਉਹ ਇਸ ਕਰਕੇ ਕਹਿ ਰਹੇ ਸੀਗੇ, ਮੈਨੂੰ ਲੱਗਿਆ ਵੀ ਜਿਹੜਾ ਡਿੰਪੀ ਜੀ ਨੇ ਇੱਕ ਮੁੱਦਾ ਬਣਾਇਆ ਕਿ ਮੈਨੂੰ ਟਿਕਟ ਨਹੀਂ ਦੇ ਰਹੇ ਸੀ। ਦੇਖੋ ਆਪਣੇ ਆਪ ਤੁਸੀਂ ਨਾ ਕਦੇ ਫੜੇ ਜਾਂਦੇ ਹੋ ਹਨਾ। ਹਰਦੀਪ ਢਿੱਲੋਂ ਸਾਹਿਬ ਨੇ ਕਿਹਾ ਕਿ ਮੈਂ ਯਾਰ ਕਿਹੜੀ ਪਾਰਟੀ 'ਚ ਜਾਵਾਂ, ਹਜੇ ਤਾਂ ਲੋਕਾਂ ਨੇ ਉੱਥੇ ਗੱਲ ਹੀ ਕੀਤੀ ਅਤੇ ਅਗਲੇ ਦਿਨ ਪਲੈਨ ਹੀ ਬਣ ਗਿਆ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਹੈ। ਦੈਟਸ ਨੋਟ ਟਰੂ, ਪਲੈਨ ਪਹਿਲਾਂ ਬਣ ਗਿਆ ਸੀ, ਗੱਲਬਾਤ ਹੋ ਗਈ ਸੀ, ਮੁਕੰਮਲ ਸਾਰਾ ਹੋ ਗਿਆ ਸੀ। ਸੋ ਕਿਵੇਂ ਨਾ ਕਿਵੇਂ ਤਾਂ ਹੀ ਹੈਵ ਟੂ ਕਮ ਆਊਟ, ਕੋਈ ਵੀ ਹੁੰਦਾ, ਮੇਰੇ ਵਰਗਾ ਵੀ ਹੁੰਦਾ ਜਾਂ ਕੋਈ ਹੋਰ ਵੀ ਹੁੰਦਾ, ਕੋਈ ਨਾ ਕੋਈ ਤਾਂ ਉਹਨੇ ਬਹਾਨਾ ਸੋਚਣਾ ਹੀ ਸੀ। ਸੁਖਬੀਰ ਬਾਦਲ ਇਹ ਕਹਿਣਾ ਚਾਹੁੰਦੇ ਸੀ ਵੀ ਮੈਂ ਟਿਕਟ ਡਿਨਾਈ ਨਹੀਂ ਕੀਤੀ, ਇਹਨਾਂ ਨੂੰ ਮੈਂ ਟਿਕਟ ਡਿਨਾਈ ਨਹੀਂ ਕੀਤੀ, ਇਹ ਆਪਣੀ ਮਰਜ਼ੀ ਨਾਲ ਜਾ ਰਹੇ। ਉਹ ਉੱਥੇ ਸੁਖਬੀਰ ਸਿੰਘ ਬਾਦਲ ਮੈਨੂੰ ਲੱਗਦਾ ਕਰੈਕਟ ਸੀਗਾ, ਉਹਨੇ ਟਿਕਟ ਡਿਨਾਈ ਨਹੀਂ ਕੀਤੀ, ਟਿਕਟ ਇਹਨਾਂ ਨੂੰ ਹੀ ਦੇਣੀ ਸੀ ਕਿਉਂਕਿ ਉਹਨੇ ਆਪ ਲੜਨਾ ਨਹੀਂ ਸੀ। ਠੀਕ ਹੈ, ਟਿਕਟ ਇਹਨਾਂ ਨੂੰ ਹੀ ਦੇਣੀ ਸੀ। ਪੰਡਿਤ ਸਾਹਿਬ ਚਰਚਾ ਤਾਂ ਜਿਹੜੀ ਗੱਲ ਵੀ ਸੁਖਬੀਰ ਅਤੇ ਮਨਪ੍ਰੀਤ ਰਲੇ ਹੈ, ਇਹ ਤਾਂ 2019 ਦਾ ਪਤਾ ਹੈ, ਇਹ ਤਾਂ 2022 ਦੇ ਵਿੱਚ ਹਰਦੀਪ ਢਿੱਲੋਂ ਜੀ ਨੂੰ ਪਤਾ ਸੀਗਾ ਵੀ ਦੋਵੇਂ ਭਰਾ ਰਲੇ ਹੋਏ ਹੈ ਅਤੇ ਤਾਂ ਹੀ ਮੇਰੀ ਮਦਦ ਕਰ ਰਹੇ। ਠੀਕ, ਦੈਟਸ ਆਰ, ਇਹ ਨਵੀਂ ਗੱਲ ਤਾਂ ਹੈ ਨਹੀਂ। ਚਲੋ ਨਵੀਂ ਗੱਲ ਇੱਕ ਜੁੜ ਕੇ ਰਾਜਾ ਵੜਿੰਗ ਦੇ ਨਾਂ ਨਾਲ ਆ ਰਹੀ ਹੈ ਕਿ ਰਾਜਾ ਵੜਿੰਗ ਆਪ ਤਾਂ ਲੁਧਿਆਣੇ ਚਲੇ ਗਏ, ਹੁਣ ਬਾਕੀ ਜਿਹੜਾ ਪਰਿਵਾਰ ਹੈ ਜਾਂ ਪਤਨੀ ਹੈ ਉਹਨਾਂ ਨੂੰ ਮੁਕਤਸਰ ਸ਼ਿਫਟ ਕਰ ਰਹੇ ਨੇ, ਕਿ 27 ਦੀ ਤਿਆਰੀ ਹੁਣ ਮੁਕਤਸਰ ਤੋਂ ਹੋਵੇਗੀ। 27, ਮੈਂ ਤੁਹਾਨੂੰ ਇਹ ਕਹਿ ਰਿਹਾ, ਪਹਿਲਾਂ ਲੋਕ ਸਾਨੂੰ ਕਹਿੰਦੇ ਸੀ ਬਠਿੰਡਿਓਂ ਇਹ ਰਲ ਗਏ, ਸੈਟਿੰਗ ਦਾ ਬੜਾ ਤੁਹਾਡੇ ਦੋਸ਼ ਲੱਗਦਾ ਕਿ ਸੈਟਿੰਗ ਕਰ ਲੈਂਦੇ ਹੋ। ਸੁਣੋ ਸੁਣੋ, ਲੋਕ ਕਹਿੰਦੇ ਸੀ ਰਾਜੇ ਵੜਿੰਗ ਦੀ ਬਾਦਲਾਂ ਨਾਲ ਸੈਟਿੰਗ ਸੀ, ਬਿਲਕੁਲ ਉਹ ਬਠਿੰਡੇ ਛੱਡੇ, ਫਿਰ ਤੁਸੀਂ ਚੈਨਲ ਵਾਲੇ ਨੇ ਕਿਹਾ ਹੁਣ ਉਹ ਫਿਰੋਜ਼ਪੁਰੋਂ ਲੜਨਗੇ ਚੁਣਾਵ, ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਲੁਧਿਆਣਿਓਂ ਲੜ ਗਿਆ ਚੁਣਾਵ। ਨਹੀਂ, ਇਹ ਸੈਟਿੰਗ ਸੈਟਿੰਗ ਕੀ ਸੀ, ਚਲੋ ਇਹ ਵੀ ਦੱਸ ਦਿਓ, ਫਿਰੋਜ਼ਪੁਰ ਨੂੰ ਲੈ ਕੇ ਹੋਈ ਸੀ ਕਿ ਨਹੀਂ ਹੋਈ। ਮੀਡੀਆ ਚੈਨਲ ਦੀਆਂ ਅੱਧੀਆਂ ਗੱਲਾਂ ਝੂਠੀਆਂ ਹੁੰਦੀਆਂ। ਠੀਕ ਹੈ, ਹੁਣ ਤੁਸੀਂ ਕਿਸੇ ਚੈਨਲ ਨੇ ਜੇ ਅੰਦਾਜ਼ਾ ਲਾਇਆ ਸੀ ਵੀ ਲੁਧਿਆਣਾ ਤੋਂ ਲੜਨਗੇ ਤਾਂ ਦੱਸ ਦਿਓ, ਥੋੜੀ ਕਿਸੇ ਦੀ ਪ੍ਰੈਡਿਕਸ਼ਨ ਸੀਗੀ, ਇਹਦਾ ਮਤਲਬ ਤੁਸੀਂ ਚੱਲਦੇ ਬਜਾਜ ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਸੋ ਸੇਮ ਜਿਹੜੀ ਤੁਸੀਂ ਪ੍ਰੈਡਿਕਸ਼ਨ ਕਰਦੇ ਹੋ, ਮੈਨੂੰ 250 ਕਿਲੋਮੀਟਰ ਦੂਰ ਚਲਾ ਗਿਆ। ਮੈਂ ਤੁਹਾਨੂੰ ਇਹ ਕਹਿਣਾ ਕਿ ਜਿਹੜੀ ਕਮਿੰਗ ਪ੍ਰੈਡਿਕਸ਼ਨ ਹੈ ਨਾ, ਤੁਸੀਂ ਵੀ ਸਾਡੇ ਜਿਹੜੇ ਲੀਡਰਸ ਹੈ ਉਹਨਾਂ ਨੂੰ ਪ੍ਰੈਡਿਕਸ਼ਨ ਕਈ ਵਾਰੀ ਕਰਦੇ ਨੂੰ ਵੀ ਇੱਦਾਂ ਹੋਊਗਾ, ਨਹੀਂ ਇੱਦਾਂ ਹੁੰਦਾ। ਨਾਲੇ ਜਿਹੜੀ 2-2.5 ਸਾਲਾਂ ਨੂੰ ਸੁਰਖਾ ਭਰਾ ਜਿਹੜੀ ਗੱਲ ਹੈ, ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਕੀ ਹੋਣਾ ਹੈ। ਤੂੰ ਵੀ ਵਾਰੀ ਹੁਣ ਇੱਕ ਦਿਨ 'ਚ ਸਮੀਕਰਨ ਚੇਂਜ ਹੋਏ, ਸੁਖਬੀਰ ਸਿੰਘ ਬਾਦਲ ਬੜਕਾ ਮਾਰੀ ਜਾਂਦਾ ਸੀ, ਠੀਕ ਹੈ, 7 ਦਿਨ ਪਹਿਲਾਂ, ਹੁਣ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ। ਸੋ ਇੱਕ ਦਿਨ 'ਚ ਗੇਮ ਪਲਟ ਜਾਂਦੀ ਹੈ। ਸੋ ਕੌਣ ਕਿੱਥੋਂ ਲੜੇਗਾ, ਕਿੱਥੋਂ ਨਹੀਂ ਲੜੇਗਾ, ਇਹਦਾ ਤੂੰ ਵੀ ਵੈਰੀ ਓਨੈਸਟ, 2.5 ਸਾਲ ਪਹਿਲਾਂ ਤਾਂ ਐਵੇਂ ਹਨੇਰੇ 'ਚ ਡੰਗ ਹੈ। ਤੁਸੀਂ ਕਹਿੰਦੇ ਹਨੇਰੇ 'ਚ ਡਾਂਗਾ ਨੇ, ਪਰ ਕੈਲਕੂਲੇਸ਼ਨ ਸਿਆਸਤਦਾਨਾਂ ਕੋਲ ਇੱਕ ਬਹੁਤ ਵੱਡੀ ਮਾਹਰਤਾ ਹੁੰਦੀ ਹੈ। ਉਹ ਉਹ ਐਡਾ ਕੋਈ ਮਾਹਿਰ ਨਹੀਂ ਹੈ, ਆਪਣੀ ਆਪਦੀਆਂ ਗੱਲਾਂ ਸੁਣਾਉਣ ਲੱਗ ਪੈਂਦੇ ਲੋਕ, ਆਪਣੇ ਆਪ ਨੂੰ ਮਾਹਿਰ ਦਿਖਾਉਣ ਲੱਗ ਪੈਂਦੇ ਲੋਕ ਕੈਮਰੇ ਦੇ ਸਾਹਮਣੇ ਕਿ ਮੈਂ ਬਹੁਤ, ਕਿਉਂਕਿ ਕੀ ਕਵੇ ਕੈਮਰੇ ਦੇ ਆ ਕੇ ਸਾਹਮਣੇ ਕਿ ਮੈਂ ਮੈਨੂੰ ਅਕਲ ਘੱਟ ਹੈ। ਠੀਕ ਹੈ, ਉਹ ਆਪਣਾ ਹੀ ਇੱਕ ਨਵਾਂ ਆਈਡੀਆ ਪੇਸ਼ ਕਰ ਦਿੰਦੇ, ਜਿਹੜੀ ਆਮ ਜਨਤਾ ਹੁੰਦੀ ਹੈ ਉਹ ਨਵੇਂ ਆਈਡੀਏ ਨੂੰ ਸੁਣ ਲੈਂਦੀ ਹੈ। ਕਈ ਆਪਣੇ ਆਪ ਨੂੰ ਵੱਡਾ ਦਿਖਾਉਂਦੇ ਆ ਕਿ ਮੈਂ ਤਾਂ ਜੀ ਫਲਾਨੇ ਨੂੰ ਗਾਲਾਂ ਕੱਢ ਦਿੰਦੇ, ਜਾਂ ਮੈਂ ਤਾਂ ਜੀ ਫਲਾਨੇ ਨੂੰ ਗਾਲਾਂ ਕੱਢਤੀਆਂ ਸੀ। ਠੀਕ ਹੈ, ਸੋ ਯੂ ਕੀ ਪਤਾ ਕੱਢਤੀਆਂ ਸੀ ਕਿ ਨਹੀਂ ਕੱਢਤੀਆਂ ਸੀ। ਮੈਂ 25 ਸਾਲ ਪੁਰਾਣੀ ਗੱਲ ਅੱਜ ਦੱਸਦਿਆਂ, ਜਾਂ 18 ਸਾਲ ਮੈਂ ਪਹਿਲਾਂ ਕਹਿੰਦੇ ਆ ਗੱਲ। ਸੋ ਵਾਈ ਨੋਟ ਉਦੋਂ ਕਿਉਂ ਨਹੀਂ ਗੱਲ ਕਹੀ ਤੁਸੀਂ? ਮੈਂ ਕਦੇ ਵੀ ਪਾਸਟ ਦੀ ਗੱਲ ਤੁਹਾਨੂੰ ਨਹੀਂ ਸੁਣਾਵਾਂਗਾ। ਰੀਜ਼ਨ ਬੀਇੰਗ ਕਿ ਪਾਸਟ ਦੀ ਜਦੋਂ ਮੈਂ ਗੱਲ ਸੁਣਾਵਾਂਗਾ, ਉਹਦੇ 'ਚ ਮੈਂ ਪਤਾ ਨਹੀਂ ਕੀ ਮੈਲਾ ਫਈ ਆਪਦੇ ਆਪ ਨੂੰ ਘੈਂਟ ਵਿਖਾਉਣ ਦਾ ਮਾਰਾ ਕੀ ਦੱਸ ਰਿਹਾ। ਆਈਦਰ
ਬੰਦਾ ਬੰਦਾ ਦੁਨੀਆ ਤੇ ਨਹੀਂ ਹੈ ਜਾਂ ਬੰਦਾ ਉੱਥੇ ਹੈ ਹੀ ਨਹੀਂ। ਮੈਂ ਉਹਦੀ ਪਾਸਟ ਦੀ ਗੱਲ ਸੁਣਾ ਰਿਹਾ ਕਿ ਨਹੀਂ ਮੈਂ ਫਲਾਨੇ ਨੂੰ ਫਲਾਨੇ ਵੇਲੇ ਇੱਦਾਂ ਕਰ ਸੋ ਡਜ਼ਨ ਮੈਂ ਆਈ ਆਲਵੇਜ਼ ਟਾਕ ਅਬਾਊਟ ਪ੍ਰੈਜ਼ੈਂਟ ਦੇ ਵਿੱਚ ਕਿ ਕੱਲ੍ਹ ਨੂੰ ਹਾਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਰੋਚਕ ਜਿਹੜਾ ਹੈ ਮੁਕਾਬਲਾ ਗਿੱਦੜਬਾਜ਼ 'ਚ ਬਣ ਸਕਦਾ ਹੈ ਵੈਰੀ ਇੰਟਰਸਟਿੰਗ ਅਤੇ ਉਹਦੇ ਲਈ ਰਾਜਾ ਵੜਿੰਗ ਤਿਆਰ ਨੇ 100% ਮੈਂ ਤਾਂ ਕਹਿੰਦਾ ਮੈਂ 2020 ਖੇਡਣ ਦਾ ਮਾਹਰ ਹਾਂ ਮੈਨੂੰ ਤਾਂ ਕੋਈ ਬੰਦਾ ਕਹਿੰਦਾ ਸੀ ਇੱਕ ਬੰਦਾ ਅਕਾਲੀ ਦਲ ਛੱਡ ਕੇ ਆਇਆ ਜੀ ਸੁਖਬੀਰ ਜੀ ਦਾ ਖਾਸ ਸੀ ਅਤੇ ਉਹਨੇ ਮੈਨੂੰ ਦੱਸੀ ਮੈਂ ਉਹਦਾ ਨਾਮ ਵਿਚਾਰੇ ਦਾ ਕਾਹਨੂੰ ਲੈਣਾ ਹੀ ਵਾਜ਼ ਵੈਰੀ ਕਲੋਜ਼ ਟੂ ਸੁਖਬੀਰ ਜੀ ਅਤੇ ਉਹ ਉੱਥੇ ਬਠਿੰਡੇ ਇਲੈਕਸ਼ਨ ਦਾ ਕਾਫੀ ਗਿਆ ਠੀਕ ਹੈ ਸੋ ਉਹਨੇ ਮੈਨੂੰ ਦੱਸੀ ਆਫਟਰ ਦਿਸ ਇਲੈਕਸ਼ਨ ਜਿਹੜਾ ਮੈਂ ਆਹ ਲੜਿਆ ਪਾਰਲੀਮੈਂਟ ਦੇ ਉਹ ਕਹਿੰਦੇ ਪਤਾ ਨਹੀਂ ਪਤੰਦਰ ਕੀ ਖਾਂਦਾ ਕੀ ਕਰਦਾ ਹੈ ਤਾਂ ਭੂਤਾਂ ਵਰਗਾ ਰਾਤ ਨੂੰ ਕਿਤੇ ਹੁੰਦਾ ਦਿਨੇ ਕਿਤੇ ਹੁੰਦਾ ਸੋ ਰੋਚਕ ਮੁਕਾਬਲੇ ਮੈਨੂੰ ਖੇਡਣ ਦੀ ਆਦਤ ਹੈ ਐਨੀਥਿੰਗ ਰੋਚਕ ਜਿੱਥੇ ਇੰਟਰਸਟਿੰਗ ਹੋਵੇ ਸੋ ਮੈਨੂੰ ਲੱਗਦਾ ਕਿ ਜੇ ਗੇਮ ਇੱਦਾਂ ਇੱਦਾਂ ਬੈਠੀ ਤਾਂ ਫਿਰ ਰੋਚਕ ਮੁਕਾਬਲਾ ਰਾਜਾ ਵੜਿੰਗ ਜ਼ਰੂਰ ਖੇਡੇ ਸਰ ਜਿਮਨੀ ਚੋਣਾਂ 4 ਕੀ ਤੁਹਾਨੂੰ ਲੱਗ ਰਿਹਾ ਹੈ ਕਾਂਗਰਸ ਹਾਲਾਂਕਿ ਬਹੁਤ ਵਧੀਆ ਪ੍ਰਦਰਸ਼ਨ ਲੋਕ ਸਭਾ ਚੋਣਾਂ 'ਚ ਕੀਤਾ ਪਰ ਜਲੰਧਰ ਦੇ ਵਿੱਚ ਜੋ ਕੁਛ ਹੋਇਆ ਕਾਂਗਰਸ ਕਹਿੰਦੀ ਨੇ ਕਿ ਸੱਤਾਧਾਰੀ ਧਿਰ ਹਾਵੀ ਹੋ ਗਈ ਉੱਥੇ ਤੰਤਰ ਦਾ ਦੁਰਉਪਯੋਗ ਕਰ ਲਿਆ ਤੁਸੀਂ ਕਹਿੰਦੇ ਹੋ ਪਰ ਅਗਲੀਆਂ ਚਾਰਾਂ ਦਾ ਕੀ ਪ੍ਰੋਗਰਾਮ ਸੁਰਖਾ ਵੀ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਯਾਰ ਅਲਟੀਮੇਟਲੀ ਬੀਂਗ ਏ ਪੋਲੀਟੀਸ਼ੀਅਨ ਤੰਤਰ ਦਾ ਇਸਤੇਮਾਲ ਕਰਨਾ ਹੀ ਹੁੰਦਾ ਹੈ ਜੇ ਸਾਡੀ ਸਰਕਾਰ ਹੁੰਦੀ ਅਸੀਂ ਵੀ ਕਰਦੇ ਯਾਰ ਦੁਰਉਪਯੋਗ ਕਰਦੇ ਹੈ ਯਾਰ ਪੋਲੀਟੀਸ਼ੀਅਨ ਹੜਦੇ ਨਹੀਂ ਗੇ ਇਹ ਇਹਨਾਂ ਨੇ ਨਵੇਂ ਸੀ ਕੁਝ ਜ਼ਿਆਦਾ ਹੀ ਕਰ ਲਿਆ ਠੀਕ ਹੈ ਅਦਰਵਾਈਜ਼ ਇਹ ਬਾਏ ਐਂਡ ਲਾਰਜ ਸਾਰੀਆਂ ਪਾਰਟੀਆਂ ਜਦੋਂ ਸੱਤਾ ਸਰਕਾਰ 'ਚ ਹੁੰਦੀਆਂ ਅਤੇ ਬਾਏ ਇਲੈਕਸ਼ਨ ਆ ਜੇ ਉਦੋਂ ਇਹ ਤੰਤਰ ਦਾ ਆਪਦੇ ਮੋਢਿਆਂ ਦਾ ਗੋਡਿਆਂ ਦਾ ਜ਼ੋਰ ਇਸਤੇਮਾਲ ਕਰਦੀਆਂ ਹੈ ਠੀਕ ਹੈ ਇਹ ਕੋਈ ਨਵੀਂ ਗੱਲ ਨਹੀਂ ਗੀ ਪਰ ਹਾਂ ਇਹ ਥੋੜ੍ਹੇ ਜਿਹੇ ਇਹ ਬਿਲਕੁਲ ਹੀ ਫੱਟੇ ਚੱਕ 92 ਤੋਂ 96 97 ਹੁੰਦੀਆਂ ਗੱਲਾਂ ਕਰਦੇ ਨੇ ਜਿਹੜੀ ਤੁਸੀਂ ਡਜ਼ਨਟ ਮੇਕ ਐਨੀ ਡਿਫਰੈਂਸ ਜਿਹੜੀ ਪਾਰਟੀ ਇੱਕ ਵੀ ਬਾਏ ਇਲੈਕਸ਼ਨ ਨਹੀਂ ਲੜੀ ਠੀਕ ਹੈ ਜਿਹੜੀ ਪਾਰਟੀ ਇੱਕ ਵੀ ਪੰਚਾਇਤ ਇਲੈਕਸ਼ਨ ਨਹੀਂ ਲੜੀ ਜਿਹੜੀ ਪਾਰਟੀ ਇੱਕ ਵੀ ਜ਼ਿਲ੍ਹਾ ਪਰਿਸ਼ਦ ਨਹੀਂ ਲੜੀ ਉਹ ਪਾਰਟੀ 92 ਸੀਟਾਂ ਨਾਲ ਹੋਂਦ 'ਚ ਆ ਗਈ ਹੋਂਦ 'ਚ ਠੀਕ ਹੈ ਫਿਰ ਸਾਡੇ ਇੱਕ ਬਾਏ ਇਲੈਕਸ਼ਨ ਹਾਰਨਾ ਜੋ 2 ਹਾਰਨਾ ਜਾਂ ਕੋਈ ਹੋਰ ਹਾਰਨਾ ਡਜ਼ਨ ਜਿਹੜਾ ਜਨਰਲ ਇਲੈਕਸ਼ਨ ਹੁੰਦਾ ਨਾ ਬਾਏ ਇਲੈਕਸ਼ਨ ਜਿਹੜਾ ਜਨਰਲ ਇਲੈਕਸ਼ਨ ਹੁੰਦਾ ਉਹਦੇ 'ਚ ਆਊਟਕਮ ਸਹੀ ਆ ਪਾਉਂਦਾ ਹੈ ਤੁਸੀਂ ਦੇਖ ਲਓ ਕਿ ਜਨਰਲ ਇਲੈਕਸ਼ਨ 'ਚ ਸਾਡੇ ਨਾਲ ਕੀ ਐਸੀ ਮਾੜੀ ਗੱਲ ਕਰਤੀ ਅਸੀਂ ਜਲੰਧਰ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਕੀਤੀ 25 ਦਿਨਾਂ 'ਚ ਕੀ ਨੁਕਸਾਨ ਹੋ ਗਿਆ ਪਾਰਟੀ ਦਾ ਜਿਹੜੇ ਲੋਕ 25 ਦਿਨ ਪਹਿਲਾਂ ਕਾਂਗਰਸ ਨੂੰ ਵੋਟਾਂ ਪਾ ਕੇ ਗਏ ਹੈ ਇਹਦਾ ਮਤਲਬ 25 ਦਿਨਾਂ ਬਾਅਦ ਉਹਨਾਂ ਨੇ ਹੋਰ ਕਿਸੇ ਨੂੰ ਪਾਤੀਆਂ ਠੀਕ ਹੈ ਦੈਟ ਇਜ਼ ਸੱਤਾ ਸਰਕਾਰ ਦਾ ਉਪਯੋਗ ਸਾਰੀਆਂ ਚੀਜ਼ਾਂ ਲੋਭ ਲਾਲਚ ਕੋਈ ਨਹੀਂ ਜਨਰਲ ਇਲੈਕਸ਼ਨ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਦਾ ਅਨੈਲਿਸਿਸ ਕਿ ਕੌਣ ਆਏਗਾ ਸੱਤਾ 'ਚ ਇਹ ਅਨੈਲਿਸਿਸ ਲੋਕਾਂ ਨੇ ਦਿੱਤਾ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਸੱਤ ਸੀਟਾਂ 'ਚ ਮੈਂਡੇਟ ਮੈਂ ਕਹਿ ਦੇਵਾਂ ਵੀ ਕਾਂਗਰਸ ਬੇਸ਼ੱਕ ਆ ਜਿਮਨੀ ਚੋਣਾਂ ਨੂੰ ਉਸ ਜੱਗੀ ਪੱਧਰ ਦੇ ਨਾਲ ਨਹੀਂ ਲੈ ਰਹੀ ਆਗਾਮੀ ਜਿਹੜੀਆਂ ਜਨਰਲ ਇਲੈਕਸ਼ਨ ਹੋਣਗੀਆਂ ਚਾਹੇ ਉਹ 27 ਦੀਆਂ ਹੋਣ ਚਾਹੇ ਉਸ ਤੋਂ ਬਾਅਦ 29 ਦੀਆਂ ਹੋਣ ਉਹਦੇ ਲਈ ਆਪਦੀ ਤਿਆਰੀ ਕਮਰ ਕੱਸੇ ਕਰ ਰਹੀ 100% ਤੁਹਾਡੇ ਸਾਹਮਣੇ 7 ਸੀਟਾਂ ਦਾ ਰਿਜ਼ਲਟ ਹੈ ਯਾਰ ਉਹ ਦਿੱਤਾ ਤੁਹਾਡੇ ਸਾਹਮਣੇ ਐਂਡ ਲੋਕਾਂ ਨੇ ਸਾਨੂੰ ਮੈਂਡੇਟ ਚਿਹਰਿਆਂ ਦੀ ਦੌੜ ਤਾਂ ਰਹੀ ਹੈ ਨਾ ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਹਮੇਸ਼ਾ ਨਹੀਂ ਰਿਹਾ
ਕੀ ਕਾਂਗਰਸ ਵਿੱਚ ਆਲ ਇਜ਼ ਵੈਲ ਹੈ? ਆਲ ਇਜ਼ ਵੈਲ ਅਮਰਿੰਦਰ ਸਿੰਘ ਜਦੋਂ 8 ਜਿੱਤਿਆ ਸੀ ਉਦੋਂ ਵੀ ਨਹੀਂ ਸੀਗਾ, ਠੀਕ ਹੈ, ਐਂਡ ਆਲ ਇਜ਼ ਵੈਲ ਕਿਤੇ ਵੀ ਨਹੀਂ ਹੁੰਦਾ। ਆਲ ਇਜ਼ ਵੈਲ ਤੁਹਾਡੇ ਚੈਨਲ 'ਚ ਵੀ ਨਹੀਂ ਹੈ, ਆਲ ਇਜ਼ ਵੈਲ ਮੇਰੇ ਘਰੇ ਵੀ ਨਹੀਂ ਹੈ, ਆਲ ਇਜ਼ ਵੈਲ ਕਿਸੇ ਪਾਰਟੀ 'ਚ ਵੀ ਨਹੀਂ, ਠੀਕ ਹੈ, ਇਹਦੇ 'ਚ ਹੀ ਹੁੰਦਾ ਬਾਏ ਐਂਡ ਲਾਰਜ ਸਾਰਾ ਕੁਛ ਠੀਕ ਠਾਕ। ਬੜੇ ਸਵਾਲ ਉੱਠ ਰਹੇ ਨੇ, ਕਹਿੰਦੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਹੁਣ ਬਹੁਤ ਸਾਰੇ ਅੰਦਰ ਖਾਨਾ ਜੰਗੀ ਚੱਲ ਪਈ। 2.5 ਸਾਲ ਪੁਰਾਣੀ ਗੱਲ ਕਿਉਂ ਕਰ ਰਹੇ ਹਨ ਦੁਬਾਰਾ? ਕਿਹਨੇ ਚੱਲ ਪਈ ਨਹੀਂ ਦੇਖੋ, ਮੈਨੂੰ ਇੱਕ ਗੱਲ ਦੱਸੋ ਖਾਬ, ਬੀਇੰਗ ਏ ਪ੍ਰਧਾਨ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ, ਉਹਨੂੰ ਕੀ ਕਰਨਾ ਚਾਹੀਦਾ, ਉਹਦੀ ਪਰਫਾਰਮੈਂਸ ਮੈਜ਼ਰ ਕਿਵੇਂ ਕਰੋਗੇ? ਠੀਕ ਹੈ, ਮੰਨ ਲਾ ਇੱਕ ਇੱਕ ਕਿਸੇ ਵੀ ਮੁਖੀ ਦੀ ਤੁਸੀਂ ਕਿਵੇਂ ਕਹੋਗੇ ਵੀ ਇਹ ਚੰਗਾ ਪ੍ਰਧਾਨ ਹੈ? ਦੱਸੋ ਚੰਗਾ ਪ੍ਰਧਾਨ ਕਿਵੇਂ ਕਹੋਗੇ? ਚੰਗਾ ਪ੍ਰਧਾਨ ਹੋਊਗੇ ਵੀ ਘਰੇ ਸੁੱਤਾ ਪਿਆ, ਮਿਹਨਤੀ ਹੈ ਕਿ ਨਹੀਂ ਪੀਂਦੀ, ਇਹ ਜਨਤਾ ਦੱਸੇਗੀ ਰਾਜਾ ਵੜਿੰਗ ਕੀ ਹੈ। ਠੀਕ, ਚੰਗਾ ਪ੍ਰਧਾਨ ਨੇ 13 ਚੋਂ 7 ਸੀਟਾਂ ਜਿੱਤ ਲਈਆਂ, ਮਾੜੇ ਪ੍ਰਧਾਨ ਨੇ, ਮਾੜਾ ਪ੍ਰਧਾਨ ਜਿਹੜੀ ਖਾਨਾ ਜੰਗੀ ਸੀ ਖਿੱਚਾ ਤਾਂ ਨਹੀਂ ਸੀ, ਉਹ 7 ਸੀਟਾਂ ਜਿੱਤ ਗਿਆ। ਅਮਰਿੰਦਰ ਸਿੰਘ 8 ਜਿੱਤਿਆ ਸੀ ਜਦੋਂ ਸੱਤਾ ਸਰਕਾਰ ਸੀਗਾ। ਪ੍ਰਧਾਨ ਨੇ ਜਿਹੜੇ ਵੀ ਚੈਲੇਂਜਸ ਆਏ, ਭਾਰਤ ਜੋੜੋ ਆਇਆ, ਔਰਗਨਾਈਜੇਸ਼ਨ ਸਟਰਕਚਰ ਬਣਾਇਆ, ਕੰਮ ਕੀਤਾ, ਅੱਜ ਤੱਕ ਹਜੇ ਤੱਕ ਆਵਾਜ਼ ਉੱਠਣ ਨਹੀਂ ਦਿੱਤੀ ਓਪਨਲੀ, ਥੱਲੇ ਥੱਲੇ ਆਵਾਜ਼ ਤਾਂ ਮਾੜਾ ਮੋਟਾ ਖਾਤੇ ਤਾਂ ਚੱਲਦੀ ਹੈ। ਠੀਕ ਹੈ, ਨੈਚੁਰਲੀ ਹੈ ਇਹ ਗੱਲ, ਜਿਹੜਾ ਮੁੰਡਾ ਜ਼ਿਆਦਾ ਦੌੜਦਾ ਹੋਵੇ ਜਾਂ ਭੱਜਣ ਵਾਲਾ ਹੋਵੇ, ਉਹ ਅਕਸਰ ਹੀ ਸਾਰੇ ਕੋਈ ਚਾਹੁੰਦਾ ਹੁੰਦਾ ਚੁੱਪ ਚੁੱਪ ਵੀ ਰੇਸ 'ਚ ਉਹਦੇ ਪੈਰ ਨੂੰ ਟਿੱਬੀ ਦੇ ਕੇ ਸਿੱਟ ਲਈਏ ਇਹਨੂੰ। ਉਹ ਇਹ 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 ਜਿਹੜੀ ਰੇਸ ਹੁੰਦੀ ਹੈ, ਜਿਹੜੀ ਤੁਸੀਂ 100 ਮੀਟਰ ਭੱਜੋਗੇ, 400 ਮੀਟਰ ਭੱਜੋਗੇ, ਉਹਦੇ 'ਚ ਵੀ ਹੁੰਦਾ, ਡਜ਼ਨਟ ਮੇਕ ਪਬਲਿਕ ਸਰ, ਇਹ ਸੁਭਾਵਿਕ ਗੱਲ ਹੈ। ਇਸ ਰੇਸ ਦੇ ਨਾਲ ਇੱਕ ਰੇਸ ਨਵੀਂ ਜਿਹੜੀ ਪਹਿਲਾਂ ਚੱਲਦੀ ਸੀ ਰਾਜਾ ਵੜਿੰਗ ਦੇ ਮੁੱਖ ਮੰਤਰੀ ਦੇ ਦਾਅਵੇਦਾਰੀ ਵਾਲੀ, ਤਾਂ ਅਸੀਂ ਮੰਨ ਲਈਏ ਵੀ ਜੇ MP ਵਾਲੇ ਪਾਸੇ ਆ ਗਏ ਹੋ ਤਾਂ ਉਹ ਦਾਅਵੇਦਾਰੀਆਂ ਹੁਣ ਉਹ ਰੇਸ ਤੋਂ ਪਾਸੇ ਹੋ ਗਏ ਹੋ, ਜਾਂ ਇਹ ਕੀਤਾ ਗਿਆ ਸਾਰਾ ਕੁਛ? ਸੁਣੋ ਸੁਣੋ ਯਾਰ, ਮੈਨੂੰ ਇਹ ਚੇਤੇ ਨਹੀਂ ਵੀ ਮੈਂ ਲੁਧਿਆਣੇ ਚੁਣਾਵ ਲੜਨਾ, ਇਹ ਮੈਨੂੰ ਪਤਾ ਹੈ। ਠੀਕ ਹੈ, ਇਹ ਕਿਸੇ ਦੇ ਚੇਤੇ ਨਹੀਂ ਕੱਲ੍ਹ ਨੂੰ ਕੀ ਹੋਣਾ। ਆਈ ਐਮ ਮੋਰ ਦੈਨ ਸੈਟਿਸਫਾਈਂਗ ਬੀਇੰਗ ਏ ਮੈਂਬਰ ਆਫ ਪਾਰਲੀਮੈਂਟ। ਮੈਂ MLA ਉਸ ਬਣ ਕੇ ਵੀ ਸੰਤੁਸ਼ਟ ਸੀਗਾ 3 ਵਾਰੀ, ਹੁਣ ਮੈਂ ਅਕਸਰ ਇਹ ਕਹਿ ਦਿੰਦਾ ਕਿ ਚਾਹੇ ਇਸ ਤੋਂ ਬਾਅਦ ਕਾਂਗਰਸ ਮੈਨੂੰ ਕੁਝ ਵੀ ਨਾ ਦੇਵੇ, ਆਈ ਐਮ ਮੋਰ ਦੈਨ ਸੈਟਿਸਫਾਈਡ, ਆਈ ਐਮ ਸੈਟਿਸਫਾਈਡ ਵਿਦ ਰਾਹੁਲ ਗਾਂਧੀ, ਸ਼੍ਰੀਮਤੀ ਸੋਨੀਆ ਗਾਂਧੀ, ਜਿਸ ਬੰਦੇ ਨੇ ਯਾਰ ਇੰਨਾ ਪਿਆਰ ਦਿੰਦਾ ਹੋਵੇ, ਜਿਸ ਬੰਦੇ ਨੇ ਘਰੋਂ ਲਿਆ ਕੇ ਆਮ ਬੰਦੇ ਨੂੰ ਸਭ ਪਾਰਟੀ ਦਾ ਸਭ ਤੋਂ ਵੱਡਾ ਅਹੁਦਾ ਉੱਚਾ ਦਿੱਤਾ ਹੋਵੇ, ਵਾਟ ਐਲਸ ਆਈ ਨੀਡਿਡ ਯਾਰ, ਕੋਈ ਮੈਂ ਪੂਰੇ ਦਾ ਪੂਰਾ ਸੈਟਿਸਫਾਈਡ ਹੈ। ਇਦੋਂ ਬਾਅਦ ਮੇਰੀ ਮੰਗ ਕੋਈ ਨਹੀਂ ਹੈ, ਕੋਈ ਚੀਜ਼ ਕੋਈ ਦੇਵਣਗੇ ਰਾਹੁਲ ਗਾਂਧੀ, ਨਾ ਮੈਂ ਕਰਨੀ ਨਹੀਂ। ਲੋਕ ਸਭਾ ਦਾ ਐਕਸਪੀਰੀਅੰਸ ਕਿਵੇਂ ਆ, ਲੁਧਿਆਣੇ ਨੂੰ ਲੈ ਕੇ ਕੀ ਪਲੈਨਿੰਗ ਆ ਲੋਕ? ਯਾਰ ਮੈਂ ਆਈ ਐਮ ਨੋਟ ਡੂਇੰਗ, ਉੱਥੋਂ ਦੇ ਬਹੁਤ ਸਾਰੇ ਇਸ਼ੂਜ਼ ਹੈਗੇ ਨੇ ਇਸ ਲੋਕ ਸਭਾ ਦੇ ਵਿੱਚ, ਸਾਨੂੰ ਉਨਾ ਪ੍ਰੋਪਰ ਇਸ ਵਾਰੀ ਟਾਈਮ ਨਹੀਂ ਮਿਲਿਆ ਕਿ ਜਿਹੜੇ ਸਾਰੇ ਅਸੀਂ ਇਸ਼ੂਜ਼ ਐਡਰੈਸ ਕਰ ਸਕੀਏ, ਕਿਉਂਕਿ ਉੱਥੇ 0 ਆਰ ਵੀ ਡਰਾ ਕੱਢਦਾ, ਡਰਾ ਮੈਨੂੰ ਆਇਆ ਹੀ ਨਹੀਂ। ਅੱਗੇ ਮੈਨੂੰ ਗਾਂਧੀ ਸਾਹਿਬ ਕਹਿੰਦੇ ਯਾਰ ਮੈਂ ਤਾਂ ਸੁਬਾਹ 6 ਵਜੇ ਉੱਠ ਖੜਦਾ, 6 ਵਜੇ ਉੱਠ ਕੇ ਮੈਂ ਕਿਹਾ ਸੈਰ ਕਰ ਲਿਆ, ਕੋਈ ਕਹਿੰਦੇ ਮੈਨੂੰ ਘੱਟ ਵੇਖਦਾ, ਕੋਈ ਥੱਲੇ ਦੇ ਦੂਗਾ, ਇੱਥੇ ਆਉਣਾ ਕਹਿੰਦੇ ਤਾਂ ਕੋਈ ਸਵਾਲ ਨਹੀਂ ਲੱਗਦਾ, ਕਿਉਂਕਿ ਸਵਾਲ ਵੀ ਡਰਾ 'ਚੋਂ ਨਿਕਲਦਾ। ਠੀਕ, ਸਮਟਾਈਮਸ ਅਸੀਂ ਬੈਠੇ ਬੈਠੇ ਕਹਿੰਦੇ ਯਾਰ ਸਾਡਾ ਤਾਂ ਬੋਲਣ ਦਾ ਵਾਰੀ ਨਹੀਂ ਆਈ, ਬਿਕੋਜ਼ ਸਾਡੇ ਕੋਲ 100 ਵਕਤਾ ਹੈ ਬੋਲਣ ਵਾਲਾ, ਮੈਂਬਰ ਆਫ ਪਾਰਲੀਮੈਂਟ ਹੈ, ਉਹ ਫਿਰ ਪਾਰਟੀ ਨੇ ਹਰ ਬੰਦੇ ਨੂੰ ਟਾਈਮ ਦੇਣਾ, ਸੋ ਅਸੀਂ ਫਿਰ ਬੈਠੇ ਕਈ ਵਾਰੀ ਵੇਖੀ ਜਾਂਦੇ ਹਾਂ, ਆਪਦੇ ਆਪ ਨੂੰ ਪ੍ਰੈਜੈਂਟੇਸ਼ਨ ਨਹੀਂ ਦੇ ਸਕਦੇ ਉਵੇਂ ਪ੍ਰੋਪਰ ਤਰੀਕੇ ਨਾਲ। ਇਸ ਵਾਰੀ ਰਾਹੁਲ ਜੀ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ 15-15 ਮਿੰਟ ਜ਼ਰੂਰ ਦਿਓ, ਜੋ ਵੀ ਹੈਗਾ, ਬਿਕੋਜ਼ ਓਪੋਜੀਸ਼ਨ ਲੀਡਰ ਨੇ ਵੀ ਬੋਲਣਾ ਹੁੰਦਾ ਜੀ। ਸੋ ਟੂ ਬੀ ਵੈਰੀ ਓਨੈਸਟ, ਹਜੇ ਤਾਂ ਕਿਸੇ ਗੱਲ 'ਤੇ ਲੋਕ ਤਾਂ ਕਹਿੰਦੇ ਕਿ ਰਾਜੇ ਤੂੰ ਠੀਕ ਬੋਲਿਆ, ਬੋਸ ਨੇ ਵੀ ਮੈਨੂੰ ਐਪਰੀਸ਼ੀਏਸ਼ਨ ਚਿੱਠੀ ਲਿਖੀ ਕਿ ਤੁਸੀਂ ਠੀਕ ਬੋਲੇ, ਬਹੁਤ ਵਧੀਆ ਬੋਲੇ,
ਲੇਕਿਨ ਹਜੇ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਹੈ। ਮੈਨੂੰ ਸਵਾਦ ਉਦੇ ਆਉਣਾ ਜਿਹਦੇ ਮੈਨੂੰ 20 ਮਿੰਟ ਦੇ ਤੇ ਅਤੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਾਰੀ BJP ਬੈਠੀ ਹੋਈ, ਉਦੇ ਮੈਨੂੰ ਪੰਜਾਬ ਦੇ ਲੋਕ ਬਸ ਉਹ ਮੈਂ ਭਾਵੇਂ ਇੱਕ ਹੀ ਭਾਸ਼ਣ ਹੋ ਜੇ ਬਟ ਟਾਈਮ ਪ੍ਰੋਪਰ ਮਿਲ ਜੇ, ਕਿਉਂਕਿ 3 ਮਿੰਟਾਂ 'ਚ ਤੁਸੀਂ ਆਪਦੀ ਗੱਲ ਕਹਿ ਨਹੀਂ ਸਕਦੇ, ਸੁਰਖਾਬ ਵਿੱਚੋਂ ਟੁੱਟ ਗਈ ਕਰ, ਠੀਕ ਹੈ, ਸੰਤੁਸ਼ਟੀ ਨਾਲ ਟਾਈਮ ਮਿਲ ਜਾਣ ਅਤੇ ਦੇਸ਼ ਉਹਦੇ ਗਚਾ ਗਚ ਭਰਿਆ ਹੋਵੇ ਸੰਸਦ ਅਤੇ ਉਹਦੇ ਨਜ਼ਾਰਾ ਆਉਣਾ, ਉਹਦੇ ਵਾਸਤੇ ਰਿਕੁਐਸਟ ਕੀਤੀ ਹੈ ਬਾਬਾ। ਲੁਧਿਆਣੇ ਨੂੰ ਲੈ ਕੇ ਖਾਸ ਤੌਰ 'ਤੇ ਬੁੱਢੇ ਨਾਲੇ ਦਾ ਜ਼ਿਕਰ ਬੜਾ ਹੋ ਰਿਹਾ, ਤੁਸੀਂ MP ਹੋ, ਬੁੱਢੇ ਨਾਲੇ ਨੂੰ ਲੈ ਕੇ ਕੀ ਚਰਚਾ ਹੈ, ਕੀ ਵਿਚਾਰ ਹੈ? ਦੇਖੋ, ਇੱਕ ਤਾਂ ਹੁੰਦਾ ਨੰਬਰ ਬਣਾਉਣੇ, ਟੌਰ ਬਣਾਉਣੀ, ਠੀਕ ਹੈ, ਕਿ ਇਕੱਲਾ ਉੱਥੇ ਮੈਂ ਧਰਨਾ ਦੇ ਤਾ, ਮੈਂ ਮਾੜਾ ਜਿਹਾ ਜਾ ਕੇ ਉੱਥੇ DC ਕੋਲ ਜਾਇਆ ਵਾਂ, ਕੋਈ ਚਿੱਠੀ ਲਿਖਤੀ, ਬੁੱਢੇ ਨਾਲੇ ਦਾ ਇਸ਼ੂ, ਦੈਟਸ ਆ ਡਿਫਰੈਂਟ ਸਟੋਰੀ। ਬਟ ਮੈਨੂੰ ਲੱਗਦਾ ਕਿ ਮੈਨੂੰ ਉਹਦੇ ਵਾਸਤੇ ਬਹੁਤ ਆਈ ਥਿੰਕ ਨੋਟ ਘੱਟੋ ਘੱਟ ਸੈਂਟਰ ਮਿਨਿਸਟਰ ਇੰਟਰਸਟ ਲਵੇ, ਘੱਟੋ ਘੱਟ ਅਦਰਵਾਈਜ਼ ਪ੍ਰਾਈਮ ਮਿਨਿਸਟਰ, ਔਰ ਆਈ ਵਿਲ ਟੇਕ ਅਪ ਦਿਸ ਇਸ਼ੂ ਰਾਹੁਲ ਗਾਂਧੀ ਜੀ ਦੇ ਨਾਲ ਕਿ ਇਹ ਪੂਰੇ ਪੰਜਾਬ ਨਾਲ ਜੁੜਿਆ, ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਰਾਹੁਲ ਗਾਂਧੀ ਜੀ ਨੂੰ ਕੋਸ਼ਿਸ਼ ਕਰਾਂਗੇ ਕਿ ਇਨਵਾਇਰਮੈਂਟ ਮਿਨਿਸਟਰ ਦੇ ਕੋਲ ਅਸੀਂ ਇਨਵਾਇਰਮੈਂਟ ਮਿਨਿਸਟਰ ਪਲੱਸ ਉਹ ਜਿਹੜਾ ਜਲ ਸ਼ਕਤੀ ਮੰਤਰੀ ਉਹਨਾਂ ਨਾਲ ਇੱਕ ਮੀਟਿੰਗ ਇਹਦੇ 'ਤੇ ਜ਼ਰੂਰ ਕਰਾਈਏ ਤਾਂ ਜੋ ਇਸ ਇਸ਼ੂ 'ਤੇ ਅਸੀਂ ਕੋਈ ਵਾਕਈ ਪੁਖਤਾ ਕਦਮ ਚੁੱਕ ਸਕੀਏ, ਕਿਉਂਕਿ ਇਟਸ ਨੋਟ ਇਹ ਬਹੁਤ ਡੇਂਜਰਸ ਕੰਮ ਹੈ ਬੁੱਢਾ ਨਾਲੇ ਵਾਲਾ, ਇਹ ਧਰਨਾ ਲਾ ਲਓ, ਕੋਈ ਹੋਰ ਚੀਜ਼ ਕਰ ਲਓ ਜਾਂ ਇੱਦਾਂ ਉੱਦਾਂ, ਇਹ ਪਾਰਟ ਟਾਈਮ ਹੋਣ ਵਾਲਾ ਮੁੱਦਾ ਨਹੀਂ ਹੈ ਅਤੇ ਨਾ ਹੀ ਕੋਈ ਐਸੀ ਚੀਜ਼ ਹੈ ਵੀ ਜੇ ਅੱਜ ਧਰਨਾ ਲਾਓਗੇ ਤਾਂ ਰਾਤੋ ਰਾਤ ਠੀਕ ਹੋ ਜਾਏਗਾ। ਇਹਦੇ 'ਤੇ ਸਰਕਾਰ ਨੂੰ ਮੁਕੰਮਲ ਗੰਭੀਰਤਾ ਦੇ ਨਾਲ ਸੋਚਣਾ ਪਏਗਾ, ਤਦ ਇਹ ਕੰਮ ਹੋ ਸਕਦਾ। ਬਟ ਡੈਫੀਨੇਟਲੀ ਉਹ ਮੇਰੀ ਪ੍ਰਾਇਓਰਿਟੀ ਹੈਗੀ ਐਂਡ ਵੀ ਵਿਲ ਰਿਜ਼ੋਲਵ ਦੈਟ ਇਸ਼ੂ, ਉਹਦੀ ਲੜਾਈ ਪੱਕਾ ਲੜਾਂਗੇ। ਹੁਣ ਸਾਹਿਬ, ਆਖਰੀ ਸਵਾਲ ਆ, ਤੁਹਾਡੇ ਕੁਲੀਗ ਨੇ ਸੰਸਦ ਦੇ ਵਿੱਚ, ਬੇਸ਼ੱਕ ਤੁਹਾਡੇ ਸਾਹਮਣੇ ਜੇ ਬਹਿੰਦੇ ਹੋਣਗੇ, ਕੰਗਣਾ ਰਣਾਵਤ ਦਾ ਮੈਂ ਜ਼ਿਕਰ ਕਰ ਰਿਹਾ, ਅਦਾਕਾਰ ਨੇ ਹਾਲਾਂਕਿ ਬਾਏ ਪ੍ਰੋਫੈਸ਼ਨ, ਐਮਰਜੈਂਸੀ ਫਿਲਮ ਅਤੇ ਉਸ ਤੋਂ ਬਾਅਦ ਦਿੱਤਾ ਗਿਆ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਬਿਆਨ ਹੈ, ਉਹਨੂੰ ਬਤੌਰ MP ਕਿਵੇਂ ਦੇਖਦੇ ਹੋ? ਸੁਰਖਾ, ਮੈਂ ਕੀ ਕਹਿ ਸਕਦਾ ਉਸ, ਵੈਸੇ ਔਰਤ ਨੂੰ ਕੁਝ ਕਹਿਣਾ ਚੰਗੀ ਗੱਲ ਨਹੀਂ ਹੈ, ਪਰ ਬਤੌਰ MP ਜੋ ਤਰ੍ਹਾਂ ਦਾ ਬਿਆਨ ਆ ਰਿਹਾ ਹੈ, ਬੀਇੰਗ ਏ ਵੂਮਨ, ਬਟ ਮੈਨੂੰ ਲੱਗਦਾ ਉਹਨਾਂ ਨੂੰ ਮਾਨਸਿਕ ਉਹਨਾਂ ਦੇ ਇਲਾਜ ਦੀ ਜ਼ਰੂਰਤ ਹੈ। ਬੇਸ਼ੱਕ ਬੰਦਾ ਸੋਹਣਾ ਸੁਨੱਖਾ ਹੋਵੇ, ਤੁਰਿਆ ਫਿਰਦਾ ਹੋਵੇ, ਕੱਪੜੇ ਚੰਗੇ ਪਾਏ ਹੋਣ, ਡਜ਼ਨਟ ਮੀਨ ਕਿ ਉਹ ਫਿੱਟ ਹੈਗਾ, ਠੀਕ ਹੈ। ਮਾਨਸਿਕ ਪਰੇਸ਼ਾਨ ਬੰਦੇ ਨੂੰ ਕਹਿ ਸਕਦੇ ਹੋ ਤੁਸੀਂ, ਜਿਹੜਾ ਬੰਦਾ ਐਵੇਂ ਅਨਨੈਸੈਸਰਲੀ ਕਿਸੇ ਬੰਦੇ ਨੂੰ ਤੁਸੀਂ ਕਿਸਾਨਾਂ ਬਾਰੇ, ਤੁਸੀਂ ਸਾਡੀਆਂ ਮਾਵਾਂ ਬਾਰੇ ਸੇਮ, ਤੁਹਾਨੂੰ ਜਾਣ ਬੁੱਝ ਕੇ ਇਸ ਗੱਲ 'ਤੇ ਮਜ਼ਾ ਆਉਂਦਾ ਹੋਵੇ ਕਿ ਮੈਂ ਐਸੀ ਗੱਲ ਕਹਾਂ ਜਿਹਦੇ ਨਾਲ ਰਾਹੁਲ ਗਾਂਧੀ ਬਾਰੇ ਵੀ ਉਹ ਨਸ਼ਾ ਕਰਦੇ ਹੈ, ਠੀਕ ਹੈ, ਜਾਂ ਫਲਾਂ ਕਰਦੇ, ਯੰਗ ਕੁੜੀ ਹੈ, ਰਾਹੁਲ ਗਾਂਧੀ ਨਾਲ ਭੱਜ ਕੇ ਦੇਖ ਲਏ, ਕੋਈ ਹੋਰ ਬੰਦਾ ਲਿਆਵੇ ਉਸ ਉਮਰ ਦਾ, ਉਸ ਤੋਂ ਅੱਧੀ ਉਮਰ ਦਾ, ਸੋ ਦੁਨੀਆ ਜਾਣਦੀ ਹੈ। ਸੋ ਇਹੋ ਜਿਹੀਆਂ ਵਾਹੀਆਤ ਗੱਲਾਂ ਕਰਨੀਆਂ ਇਹ ਚੰਗੀ ਗੱਲ ਨਹੀਂ ਹੈ। ਜਿੱਥੋਂ ਤੱਕ ਐਮਰਜੈਂਸੀ ਦੀ ਗੱਲ ਹੈ, ਮੈਂ ਅੱਗੇ ਵੀ ਇੱਕ ਜਗ੍ਹਾ 'ਤੇ ਕਿਹਾ, ਮੈਂ ਕਿਹਾ ਅਮਰੀਸ਼ ਪੁਰੀ, ਇੱਕ ਉਹ ਸ਼ਕਤੀ ਕਪੂਰ ਸੀ, ਆਪਾਂ ਜਦੋਂ ਛੋਟੇ ਹੁੰਦੇ ਸੀ ਫਿਲਮਾਂ ਦੇਖਦੇ ਸੀ, ਡੈਣੀ ਜੀ, ਹੈਵ ਯੂ ਸੀਨ ਉਹ ਕਰਮਾ ਫਿਲਮ? ਉੱਥੇ ਲੱਗਦਾ ਕਿ ਡੈਣੀ ਤਾਂ ਯਾਰ ਲੋਕਾਂ ਦਾ ਲਹੂ ਕੱਢ ਕੱਢ ਕੇ ਪੀ ਜਾਂਦਾ, ਬਿਲਕੁਲ, ਵੀ ਯਾਰ ਕਮਾਲ ਦਾ ਬੰਦਾ ਇਹ। ਸੋ ਜੇ ਤੁਸੀਂ ਇਹਨਾਂ ਨੂੰ ਰੀਅਲ ਸੈਂਸ ਦੇ ਵਿੱਚ ਇਹਨਾਂ ਨੂੰ ਅਮਰੀਸ਼ ਪੁਰੀ ਨੂੰ, ਸ਼ਕਤੀਪੁਰ ਡੈਣੀ ਨੂੰ ਮਿਲੋਗੇ ਤਾਂ ਇਹ ਬਹੁਤ ਚੰਗੇ ਇਨਸਾਨ ਹੈ ਸਾਡੇ ਵਰਗੇ। ਸੋ ਐਮਰਜੈਂਸੀ
ਇਹ ਕ੍ਰੀਏਸ਼ਨ ਹੈ ਬੀਜੇਪੀ ਦੀ, ਠੀਕ ਹੈ। ਸੋ ਬੀਜੇਪੀ ਨੇ ਐਮਰਜੈਂਸੀ ਦੀ ਗੱਲ ਇਸ ਵਾਰ ਸੰਸਦ 'ਚ ਕੀਤੀ, ਬੀਜੇਪੀ ਕੰਗਨਾ ਰਣੌਤ ਨੂੰ ਲੈ ਕੇ ਆਈ। ਅੱਜ ਤੱਕ ਹੁਣ ਤੱਕ ਐਮਰਜੈਂਸੀ ਇੰਨੇ ਸਾਲਾਂ ਬਾਅਦ ਅੱਜ ਐਮਰਜੈਂਸੀ 'ਤੇ ਕਿਉਂ ਫਿਲਮ ਬਣੀ? ਜੇ ਇੰਨਾ ਹੀ ਕੋਈ ਖਤਰਨਾਕ ਕੰਮ ਜਿਹੜੇ ਸੀਗੇ ਉਹ ਹੁਣ ਤੱਕ ਹੋ ਜਾਂਦਾ। ਇਹ ਕ੍ਰੀਏਸ਼ਨ ਹੈ, ਇਹ ਇਹਦੇ ਵਿੱਚ ਬੀਜੇਪੀ ਵੱਲੋਂ ਸਪੋਂਸਰਡ ਫਿਲਮ ਹੈ। ਔਰ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਐਮਰਜੈਂਸੀ 'ਚ ਕੁਝ ਨਹੀਂ ਹੋਇਆ, ਸਿੱਖ ਕਰਤਾਰਾਂ ਨੂੰ ਲੈ ਕੇ ਸਵਾਲ ਉੱਠ ਰਿਹਾ ਉਹਨਾਂ ਨੂੰ। ਆਈ ਡੋਂਟ ਸੇ ਕਿ ਐਮਰਜੈਂਸੀ ਐਮਰਜੈਂਸੀ ਦੀ ਲੋਕ ਘੱਟ ਗੱਲ ਕਰਦੇ, ਐਮਰਜੈਂਸੀ ਦੀ ਕਿਸੇ ਨੇ ਗੱਲ ਬਹੁਤ ਘੱਟ ਕਰੀ, 84 ਦੀ ਲੋਕ ਜ਼ਿਆਦਾ ਗੱਲ ਕਰਦੇ ਜਿੰਨਾ ਕੁ ਮੈਂ ਸੁਣਿਆ। ਸੋ ਆਈ ਡੋਂਟ ਡਿਨਾਈ ਕਿ ਕੁਝ ਜ਼ਿਆਸਤੀਆਂ ਨਹੀਂ ਹੋਈਆਂ ਹੋਣਗੀਆਂ, ਕੁਝ ਧੱਕੇ ਨਹੀਂ ਹੋਏ ਹੋਣਗੇ, ਲੇਕਿਨ ਜਿਸ ਪ੍ਰਕਾਰ ਦਾ ਦਿਖਾਇਆ ਜਾ ਰਿਹਾ ਇਹ ਕੁਝ ਨਹੀਂ। ਬਿਕੋਜ਼ ਮੈਂ ਤਾਂ ਯਾਰ ਅੱਖੀ ਵੇਖੇ ਤੋਂ ਬਿਨਾਂ ਬਿਲੀਵ ਨਹੀਂ ਕਰਦਾ ਜਾਂ ਕੰਨੀ ਸੁਣੇ ਤੋਂ ਬਿਨਾਂ, ਠੀਕ ਹੈ। ਕਿਉਂਕਿ ਬਹੁਤ ਸਾਰੀਆਂ ਗੱਲਾਂ ਮੈਂ ਤਾਂ ਦੇਖਿਆ, ਹੁਣ ਜਿਹਨੇ ਔਥਰ ਹੈਗੇ ਆ ਇਹ ਬੁੱਕਸ ਲਿਖਦੇ ਆ। ਹੁਣ ਇਫ ਯੂ ਟਾਕ ਅਬਾਊਟ ਬਲੂ ਸਟਾਰ, ਜੀ ਬਲੂ ਸਟਾਰ 'ਤੇ ਵੱਖ ਵੱਖ ਲੋਕਾਂ ਦੀ ਵੱਖ ਵੱਖ ਕਹਾਣੀ ਹੈ। ਉਹ ਚਾਰ ਜਿਹੜੀ ਨਵੀਂ ਪੀੜ੍ਹੀ ਹੈ ਉਹ ਤਾਂ ਹੁਣ ਐਮਰਜੈਂਸੀ ਮੂਵੀ ਦੇਖੇਗੀ, ਠੀਕ ਹੈ। ਉਹ ਤਾਂ ਬਲੂ ਸਟਾਰ ਉਹ ਕਿਤਾਬਾਂ ਪੜ੍ਹੇਗੀ, ਬਿਕੋਜ਼ ਦੇ ਹੈਵ ਨੈਵਰ ਸੀਨ। ਉਹਨਾਂ ਲਈ ਤਾਂ ਜੋ ਐਮਰਜੈਂਸੀ ਫਿਲਮ 'ਚ ਦਿਖਾਇਆ ਗਿਆ ਉਹੀ ਸੱਚ ਹੋਣਾ। ਮੈਂ ਉਹੀ ਤਾਂ ਕਹਿੰਦਾ ਬਲੂ ਸਟਾਰ ਦੀਆਂ ਵੀ ਸੁਰਖਾਬ ਜੀ 25 ਕਿਤਾਬਾਂ ਅੱਡ ਅੱਡ ਬੰਦਿਆਂ ਨੇ ਲਿਖੀ, ਜਰਨਲ ਕੁਛ ਹੋਰ ਹੈ, ਕਰਨਲ ਕੁਛ ਹੋਰ ਕਹਿ ਰਿਹਾ, ਬੰਦਾ ਕੁਛ ਹੋਰ ਕਹਿ ਰਿਹਾ, ਕਿਸੇ ਦੀ ਕਹਾਣੀ ਹੋਰ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਹਿਸਟਰੀ ਨੂੰ ਡਿਸਟਰੋਏ ਕਰਨਾ ਸੀ। ਇਹ ਅੱਜ ਕੱਲ੍ਹ ਦੇ ਪੋਲੀਟੀਸ਼ੀਅਨਸ ਜਿਹੜੇ ਹੈਗੇ ਆ ਜਿਹਨਾਂ ਨੂੰ ਸੋਸ਼ਲ ਮੀਡੀਆ ਅਤੇ ਮੀਡੀਆ 'ਚ ਬਹੁਤ ਜ਼ਿਆਦਾ ਇਹ ਹੋ ਗਿਆ, ਇਹ ਲੋਕਾਂ ਨੂੰ ਗੱਲ। ਹੁਣ ਤੁਸੀਂ ਗੂਗਲ 'ਤੇ ਕੁਛ ਸਰਚ ਕਰਦੇ ਹੋ ਕਈ ਵਾਰੀ ਅਤੇ ਉਹ ਬਹੁਤ ਕੁਛ ਫੀਡ ਕੀਤਾ ਹੁੰਦਾ, ਕੁਛ ਜਵਾਹਰ ਲਾਲ ਨਹਿਰੂ ਜੀ ਬਾਰੇ ਫੀਡ ਕਰਤਾ, ਪਤਾ ਨਹੀਂ ਕੌਣ ਕੀ ਹੈ, ਕਿਸੇ ਨੇ ਕਿਹਾ। ਤੁਹਾਨੂੰ ਲੱਗਦਾ ਵੀ ਇਹ ਫਿਲਮ ਤੋਂ ਬਾਅਦ ਕਾਂਗਰਸ ਤੇ ਸਿੱਖਾਂ ਦੇ ਵਿਚਾਲੇ ਇੱਕ ਵਾਰ ਫਿਰ ਪਾੜਾ ਵਾਧਾ ਹੋਇਆ ਨਜ਼ਰ ਆਵੇਗਾ, ਕਿਉਂਕਿ ਪਹਿਲਾਂ ਬਹੁਤ ਸਾਰੇ ਜ਼ਖਮ ਜ਼ਰੂਰ ਹੈਗੇ ਨੇ। ਸਿੱਖ ਬਹੁਤ ਸਿਆਣਾ, ਮੋਡਰੇਟ ਸਿੱਖ ਹੈ ਪੰਜਾਬ ਦਾ। ਪਾੜਾ ਪਾਉਣ ਵਾਲਿਆਂ ਨੇ ਤਾਂ ਬਹੁਤ ਵਾਰੀ ਪਾਇਆ, ਪਾੜਾ ਪਾਉਣ ਵਾਲਿਆਂ ਨੇ ਤਾਂ ਇਸ ਵਾਰੀ ਵੀ ਹਿੰਦੂ ਸਿੱਖ ਕੀਤਾ, ਕੋਈ ਕਸਰ ਥੋੜ੍ਹੀ ਛੱਡੀ ਪਾੜਾ ਪਾਉਣ ਵਾਲਿਆਂ ਨੇ। ਰਾਮ ਜੀ ਦਾ ਨਾਮ ਚਲਾਤਾ, ਰਾਮ ਮੰਦਰ ਦੇ ਨਾਮ 'ਤੇ ਕੰਮ ਚਲਾਤਾ, ਸਿੱਖਾਂ ਨੂੰ ਅੱਡ ਦਿਖਾਤਾ। ਤੁਸੀਂ ਦੇਖੋ ਜਦੋਂ ਕਿਸਾਨੀ ਅੰਦੋਲਨ ਵੇਲੇ ਉੱਥੇ ਝੰਡਾ ਲਹਿਰਾਇਆ ਗਿਆ, ਉਹ ਤਾਂ ਸਾਡੇ ਖਾਲਸਾ ਪੰਥ ਦਾ ਝੰਡਾ ਹੈ, ਉਹਨਾਂ ਨੇ ਕਿਹਾ ਖਾਲਿਸਤਾਨ ਕਾ ਝੰਡਾ ਲਾਲ ਕਿਲ੍ਹਾ ਪੇ ਚੜਾ ਦਿਆ ਗਿਆ। ਅਤੇ ਜਿਹੜੇ ਆਮ ਲੋਕ ਆ ਉਹਨਾਂ ਨੇ ਤਾਂ ਐਸੀ ਪਰਸੈਪਸ਼ਨ ਬਣਾਤੀ ਨਾ ਕਿ ਸਿੱਖ ਬਹੁਤ ਵਾਇਲੈਂਟ ਹੋਇਆ ਹੋਇਆ, ਅਤੇ ਸਿੱਖ ਨੇ ਵੇਖੋ ਝੰਡਾ ਹੀ ਚੜਾਤਾ ਉੱਥੇ ਖਾਲਿਸਤਾਨ ਦਾ, ਖਾਲਿਸਤਾਨ ਦਾ ਤਾਂ ਝੰਡਾ ਨਹੀਂ ਹੈ। ਅਸੀਂ ਸਿੱਖ ਹਾਂ, ਅਸੀਂ ਕੇਸਰੀ ਰੰਗ ਨੂੰ ਪਿਆਰ ਕਰਦੇ ਹਾਂ, ਲੇਕਿਨ ਅਸੀਂ ਖਾਲਿਸਤਾਨ ਨੂੰ ਨਹੀਂ ਪਿਆਰ ਕਰਦੇ। ਮੈਨੂੰ ਨਹੀਂ ਲੱਗਦਾ 99% ਸਿੱਖ ਕਹਿੰਦੇ ਹੋਣਗੇ ਵੀ ਖਾਲਿਸਤਾਨ ਦਾ ਰਾਜ ਹੋਣਾ ਚਾਹੀਦਾ। ਹਾਂ, ਜਿੱਥੋਂ ਨਿਸ਼ਾਨ ਸਾਹਿਬ ਦੀ ਗੱਲ ਹੈ ਸਾਡੇ ਕੇਸਰੀ ਰੰਗ ਦੀ, ਉਹ ਹੋਰੇ ਟਰੈਕਟਰ 'ਤੇ ਸਾਡਾ ਖੰਡੇ ਵਾਲਾ ਲੱਗਿਆ ਹੁੰਦਾ, ਉਹਦੇ 'ਤੇ ਅਗਲਾ ਫਕਰ ਮਹਿਸੂਸ ਕਰਦਾ। ਉਹ ਦੈਟਸ ਅ ਇਹ ਕ੍ਰੀਏਸ਼ਨ ਹੈ। ਇੱਦਾਂ ਇਹ ਪਾੜਾ ਤਾਂ ਉਦੋਂ ਵੀ ਵਧਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕਿਹਾ ਵੀ ਕਿਸਾਨ ਬੈਠਾ ਹੈ, ਇਹਨਾਂ 'ਚ ਨੈਕਸਲਾਈਟ ਬੈਠੇ ਨੇ, ਇਹਨਾਂ 'ਚ ਟੈਰੋਰਿਜ਼ਮ ਲੋਕ ਬੈਠੇ। ਕੰਗਣਾ ਰਣੌਤ ਕਹਿ ਤਾਂ ਰਹੀ ਹੈ ਬਿਲਕੁਲ ਕਿ ਦਿਹਾੜੀ 'ਤੇ ਲਿਆਉਂਦੀਆਂ ਔਰਤਾਂ ਨੇ, ਕੰਗਣਾ ਰਣੌਤ ਕਹਿ ਤਾਂ ਰਹੀ ਹੈ ਕਿ ਕਿਸਾਨਾਂ ਨੇ ਰੇਪ ਕੀਤਾ ਹੈ। ਇਹਦਾ ਮਤਲਬ ਇੱਥੇ ਤਾਂ ਐਮਰਜੈਂਸੀ ਦਾ ਕਿਸੇ ਨੂੰ ਪਤਾ ਨਹੀਂ, ਠੀਕ ਹੈ। ਤੁਸੀਂ ਦੇਖੀ ਨਹੀਂ ਕੰਗਣਾ ਰਣੌਤ, ਅਸੀਂ ਕਿਸਾਨੀ ਅੰਦੋਲਨ ਦਾ ਦੇਖਿਆ ਨਾ ਕਿ ਕਿੱਥੇ ਰੇਪ ਹੋ ਰਿਹਾ ਸੀਗਾ, ਸਾਡੇ ਲੋਕ 700 ਕਿਸਾਨ ਮਰ ਗਏ, ਠੀਕ ਹੈ। ਇਹ ਨੇ ਉਹ ਪਿਕਚਰ ਦੇਣ ਦੀ, ਇਸੇ ਕਰਕੇ ਲੋਕ ਉਹਦੀ ਕਿਰਦਾਰ ਤੋਂ ਜਾਣਦੇ ਹੈ। ਜਿਹੜਾ ਬੰਦਾ ਜਿਉਂਦੇ ਜਾਗਦੇ ਸਾਡੇ ਅੰਦੋਲਨ ਨੂੰ ਇਹ ਗੱਲ ਕਹਿ ਰਿਹਾ ਵੀ ਉੱਥੇ ਤਾਂ ਰੇਪ ਹੋਏ, ਉੱਥੇ ਤਾਂ ਦਿਹਾੜੀ 'ਤੇ ਔਰਤਾਂ ਲੈਂਦੀਆਂ ਸੀ, ਉਹ ਅੱਜ ਐਮਰਜੈਂਸੀ ਫਿਲਮ ਬਣਾ ਰਿਹਾ। ਕੌਣ ਕਰ ਰਿਹਾ, ਕਿਹਨੂੰ ਖੁਸ਼ ਕਰ ਰਿਹਾ? ਬੀ ਜੇ ਪੀ।
ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ, ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਕੰਗਣਾ ਰਣੌਤ ਖੁਸ਼ ਕਰ ਰਹੀ ਹੈ। ਬਹੁਤ ਬਹੁਤ ਧੰਨਵਾਦ ਸਰ। ਸੋ ਇਹ ਸਨ ਅਮਰਿੰਦਰ ਸਿੰਘ ਰਾਜਾ ਵੜਿੰਗ, ਗਿੱਦੜਵਾ ਨਾਲ ਜੁੜੇ ਹੋਏ ਬਹੁਤ ਸਾਰੇ ਸਿਆਸੀ ਤਜ਼ਰਬੇ ਸਾਂਝੇ ਕੀਤੇ ਅਤੇ ਆਉਣ ਵਾਲੀਆਂ ਕਿਆਸਰਾਈਆਂ ਦੇ ਜਵਾਬ ਵੀ ਸਿੱਧੇ ਜਾਂ ਸਿੱਧੇ ਰੂਪ 'ਚ ਦੇਣ ਦੀ ਕੋਸ਼ਿਸ਼ ਕੀਤੀ ਆ। ਪਰ ਹੁਣ ਦੇਖਣਾ ਹੈ ਜਦੋਂ ਜ਼ਮੀਨੀ ਚੋਣ ਹੁੰਦੀ ਹੈ ਤਾਂ ਜਿਹੜਾ ਮੁਕਾਬਲਾ ਹੈ ਉਹ ਰੋਚਕ ਕਿਸ ਪ੍ਰਕਾਰ ਦਾ ਹੋਵੇਗਾ। ਮੈਂ ਸੁਰਖਾਬ, ਆਪਣੇ ਸਹਿਯੋਗੀ ਜਗਦੀਸ਼ ਅਤੇ ਜਸ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।